ਇਹ ਵੀ ਗੁਰਬਾਣੀ ਦੇ ਨਾਲ ਇਹਦਾ ਉੱਤਰ ਦਿਓ। ਚਲੋ ਉੱਤਰ ਗੁਰਬਾਣੀ ਅਨੁਸਾਰ ਵੀ ਆ ਜਾਊ। ਆ ਸਾਡੇ ਕੋਲ ਸੰਪਰਦਾਇ ਟੀਕਾ ਉਹਨਾਂ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੱਠ ਕਥਾ ਕੀਤੀ। ਉਹਨਾਂ ਨੇ ਸਾਰੀ ਜ਼ਿੰਦਗੀ 250-250 ਵਿਦਿਆਰਥੀ ਪੜ੍ਹਾਏ। ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋ ਵਾਲੀ ਭਾਈ ਮਨੀ ਸਿੰਘ ਵੀ ਸੰਪਰਦਾ ਦੇ ਮਹਾਂਪੁਰਸ਼ ਪੋਥੀ ਨੰਬਰ 10 ਤੇ ਆ ਸਰਦਾਰ ਬਹਾਦਰ ਆਪਣੇ ਮੈਂ ਆਪਣੇ ਦਰ ਤੇ ਇਹ ਵੀ ਦੇਖ ਲੈਣ ਤੇ ਆ ਪੜ੍ਹ ਲੈਣ ਕਿ ਇੱਥੇ ਲਿਖਿਆ ਅਗਰ ਇਹਨਾਂ ਨੂੰ ਇਸ ਲਿਖੀ ਤੇ ਇਹ ਹੈ ਸਬੂਤ ਰੱਖ ਦਿਓ ਜੀ ਪੜ੍ਹ ਚਾਹੁੰਗੇ ਪੜ੍ਹ ਲੈਣ ਆਪਾਂ ਦਿਖਾ ਦਈਏ। ਅਗਰ ਸਰਦਾਰ ਬਹਾਦਰ ਇਸ ਤੇ ਇਹਨਾਂ ਨੂੰ ਕਿੰਤੂ ਹੈ ਤਾਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜਾਂ ਤਖ਼ਤਾਂ ਦੇ ਕਿਸੇ ਜਥੇਦਾਰ ਦੇ ਜਾ ਕੇ ਇਹ ਸ਼ਿਕਾਇਤ ਕਰਨ ਤੇ ਪੋਥੀ ਤੇ ਬੈਨ ਲਵਾਉਣ। ਇੱਥੋਂ ਪੜ੍ਹ ਕੇ ਕੀਤਾ ਹਵਾਲੇ ਪਲੀਜ਼ ਮੈਨੂੰ ਦਿਓ ਤਾਂ ਕਿ ਮੈਂ ਪੋਥੀ ਪੜ੍ਹਾਂ। ਕੀ ਇਹ ਪ੍ਰਮਾਣਿਤ ਪੋਥੀ ਹੈ? ਤੁਹਾਨੂੰ ਜੀ ਇਹਦੇ ਤੇ ਕੋਈ ਸ਼ੰਕਾ? ਮੈਨੂੰ ਇਹਦੇ ਤੇ ਸ਼ੰਕਾ ਪਹਿਲਾਂ ਇਹ ਹੈ ਜੀ ਕਿ ਜਿਹੜੀ ਇਹ ਗੱਲ ਚਲਾਉਂਦੇ ਆ ਕਿ ਦੋਨੋਂ ਜਿਹੜੀਆਂ ਸੰਪਰਦਾਵਾਂ ਹੈਗੀਆਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਮਨੀ ਸਿੰਘ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵੇਲੇ ਤੋਂ ਚੱਲੀ ਆ ਰਹੀ ਹੈ, ਉਹਦੇ ਨਾਲ ਇਹਦਾ ਇਤਿਹਾਸ ਹੀ ਨਹੀਂ ਜੁੜਦਾ। ਸੋ ਇਸ ਦਾ ਭਾਵ ਸਾਹਿਬ ਨੂੰ ਆਪਾਂ ਨੂੰ ਲਿਖ ਦੇਣਾ ਚਾਹੀਦਾ। ਉੱਤਰ ਦੇਣਾ ਤੁਹਾਨੂੰ ਹਾਂਜੀ, ਅਗਰ ਇਹ ਗੱਲ ਸੱਚ ਹੈ ਜਿਹੜੀ ਗੱਲ ਕਹਿੰਦੇ ਹਾਂਜੀ, ਤਾਂ ਇਹ ਪੰਜਾਂ ਤਖ਼ਤਾਂ ਦੇ ਕਿਸੇ ਜਥੇਦਾਰ ਦੇ ਕੋਲ ਜਾ ਕੇ ਸ਼ਿਕਾਇਤ ਕਰਨ ਤੇ ਸੰਪਰਦਾਇ ਗਿਆਨੀ ਇਹਨਾਂ ਦਾ ਉੱਤਰ ਦੇਣਗੇ। ਹਾਂਜੀ, ਜੇ ਇਹ ਗਲਤ ਹੋਣਗੇ ਉਹ ਫਤਵਾ ਦੇਣਗੇ, ਅਸੀਂ ਗਲਤ ਹੋਣਗੇ ਸਾਨੂੰ ਫਤਵਾ ਦਿਓ। ਇਹ ਗੱਲ ਕਰੋ ਇਹ ਕਿਹੜੀ ਗੱਲ ਹੈ? ਇੱਕ ਬੰਦੇ ਦੇ ਕਹਿਣ ਨਾਲ ਗੱਲ, ਇਹ ਤਾਂ ਹੁਣ ਗੱਲ ਲੰਬੀ ਹੋ ਗਈ ਨਾ ਜੀ। ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਗੁਰ ਅੰਮ੍ਰਿਤ ਪੀਂਦੀ ਦੋਹਰੀ, ਗੁਰ ਅੰਮ੍ਰਿਤ ਗੁਰ ਕੇ ਗੁਰੂ ਦਾ ਸਰੀਰ, ਗੁਰੂ ਦੀ ਰਸਨਾ, ਗੁਰ ਰਸਨਾ ਅੰਮ੍ਰਿਤ ਬੋਲਦੀ ਸਰਬ ਕਲਾ ਸਮਰੱਥ ਹੈ। ਤੁਸੀਂ ਤੁਹਾਨੂੰ ਬੰਦਾ ਦਿੰਦਾ ਸਾਨੂੰ ਬੰਦਾ ਨਹੀਂ ਦਿੰਦਾ। ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ, ਅੱਛਾ ਜਿੱਥੇ ਤੱਕ ਮੇਰਾ ਖਿਆਲ ਆ ਵੀ ਜਿਹੜਾ ਪਹਿਲਾਂ ਇਹ ਸਵਾਲ ਉਹ ਹਨ ਜਿਹੜੇ ਜੀ ਤੁਹਾਡੇ ਵੱਲੋਂ ਰੇਜ਼ ਕੀਤੇ ਹੋਏ ਆ ਸਰਦਾਰ ਸਾਹਿਬ। ਇਹ ਨਹੀਂ ਵੀ ਹਾਂ ਸਾਡਾ ਸਵਾਲ ਹੈ, ਤੁਸੀਂ ਕਿਵੇਂ ਕਹਿ ਸਕਦੇ ਹਾਂਜੀ ਉਹ ਮਤਲਬ ਅੱਜ ਦੇ ਟਾਪਿਕ ਨਾਲ ਉਹਦਾ ਸੰਬੰਧ ਨਹੀਂ? ਉਹ ਜੀ ਨਹੀਂ, ਟਾਪਿਕ ਦੇ ਨਾਲ ਸੰਬੰਧ ਇਸ ਕਰਕੇ ਹੈ ਜੀ ਵੀ ਇਹਨਾਂ ਦੇ ਸਵਾਲ ਕੀਤੇ ਹੋਏ, ਇਹਨਾਂ ਨੇ ਉੱਤਰ ਮੰਗੇ ਨੇ, ਇਸ ਲਈ ਕੋਲ ਬੈਠੇ ਮੇਰਾ ਫਰਜ਼ ਬਣਦਾ ਮੈਂ ਉੱਤਰ ਲਿਆ। ਠੀਕ ਹੈ, ਕੱਲ ਨੂੰ ਇਹਨਾਂ ਦੀ ਸ਼ਿਕਾਇਤ ਹੋਊਗੀ ਵੀ ਇਹਨਾਂ ਉੱਤਰ ਦਿੱਤੇ ਚਲੇ ਗਏ। ਠੀਕ ਹੈ, ਇਹ ਲੈਣ ਉੱਤਰ, ਇਸ ਕਰਕੇ ਉਹ ਤੁਸੀਂ ਇਹਦਾ ਇਤਰਾਜ਼ ਨਾ ਕਰੋ ਵੀ ਇਹ ਮਤਲਬ ਦੇ ਨਾਲ ਸੰਬੰਧ। ਹਾਂਜੀ, ਉਹ ਬਾਅਦ ਚ ਅੱਗੇ ਚਲਾ ਅਗਲਾ ਸਵਾਲ। ਸਰਦਾਰ ਮਨਜੀਤ ਸਿੰਘ ਜੀ ਤੁਸੀਂ ਕੋਈ? ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਪਹਿਲੀ ਗੱਲ ਤੇ ਜਿਹੜੀ ਤੁਸੀਂ ਪਹਿਲਾਂ ਸਟੇਟਮੈਂਟ ਦਿੱਤੀ ਹੈ ਵੀ ਇੱਕ ਪਾਰਟੀ ਜਿਹੜੀ ਉਹ ਕਹਿੰਦੀ ਹੈ ਵੀ ਜਿਹੜਾ ਮੀਟ ਖਾਣਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਮੈਂ ਇਹ ਕਦੀ ਵੀ ਇਹ ਸਟੇਟਮੈਂਟ ਨਹੀਂ ਦਿੱਤੀ। ਮੇਰੀ ਸਟੇਟਮੈਂਟ ਪਹਿਲਾਂ ਵੀ ਇਹ ਸੀ, ਉਦਣ ਭਾਈ ਸਾਹਿਬ ਜੀ ਨਾਲ ਗੱਲ ਹੋਈ ਹੈ, ਉਦਣ ਵੀ ਮੈਂ ਸਟੇਟਮੈਂਟ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਮੀਟ ਖਾਣਾ ਚਾਹੀਦਾ, ਖਾ ਸਕਦੇ ਮੈਂ ਆਪਣਾ। ਹਾਂਜੀ, ਇਹ ਮੇਰੀ ਸਟੇਟਮੈਂਟ ਰਹੀ ਹੈ। ਹਾਂਜੀ ਹਾਂਜੀ, ਤੇ ਦੂਜੀ ਨਾਲ ਮੇਰੀ ਸਟੇਟਮੈਂਟ ਇਹ ਸੀ ਕਿ ਗੁਰੂ ਗ੍ਰੰਥ ਚ ਇਹ ਵੀ ਕਿਤੇ ਨਹੀਂ ਲਿਖਿਆ ਕਿ ਮੀਟ ਤੁਸੀਂ ਜਿਹੜਾ ਹੈਗਾ ਖਾਣਾ ਮਨਾ ਆ, ਤੇ ਇਸ ਗੱਲ ਦੇ ਉੱਤੇ ਉਦੋਂ ਡਿਸਕਸ਼ਨ ਥੋੜੀ ਸੀ ਕਿਉਂਕਿ ਤੁਸੀਂ ਤੋਰੀ ਸੀ ਤੇ ਫਿਰ ਨੈਚੁਰਲੀ ਕੁਦਰਤੀ ਆ ਥੋੜੀ ਜਿਹੀ ਪ੍ਰਸਿੱਧ। ਜੇ ਮੈਂ ਗਲਤ ਨਹੀਂ ਗਾ ਤੇ ਮੈਂ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਹੇ ਨਹੀਂ ਲਿਖਿਆ ਕਿ ਮੀਟ ਖਾਣਾ ਜਾਂ ਨਹੀਂ ਖਾਣਾ, ਲੇਕਿਨ ਇੱਕ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਜੇਕਰ ਨਹੀਂ ਲਿਖਿਆ ਤੇ ਸਾਨੂੰ ਦਿਖਾਇਆ ਜਾਵੇ ਕਿ ਕਿੱਥੇ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਚ ਕਿਤੇ ਨੀ ਲਿਖਿਆ ਵੀ ਮੀਟ ਖਾਣਾ ਚਾਹੀਦਾ, ਮੈਂ ਇਹ ਕਿਹਾ ਇਹਨਾਂ ਨੇ ਕਿਹਾ ਵੀ ਭਾਈ ਬਾਲੇ ਤੇ ਬੇਬੇ ਨਾਨਕੀ ਨੂੰ ਜਿਹੜਾ ਮੈਂ ਇਹ ਕਿਹਾ ਸੀ ਵੀ ਉਹਨਾਂ ਨੂੰ ਵਰਤ ਰੱਖਦਾ ਹੈ ਵੀ ਉਹ ਜਦੋਂ ਬੁਲਾਉਣ ਆ ਜਾਣ। ਅੱਜ ਮੈਂ ਨਾਲ ਇਹ ਵੀ ਕਹੂੰਗਾ ਕਈ ਹੋਰ ਭਗਤਾਂ ਨੂੰ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ, ਪ੍ਰਹਲਾਦ ਭਗਤ ਦੇ ਆਵਾਜ਼ ਮਾਰੇ ਤੋਂ ਤੱਤੇ ਥੰਮ ਚੋਂ ਰੱਬ ਪ੍ਰਗਟ ਹੋ ਸਕਦਾ ਹੈ, ਤੇ ਭੈਣ ਨਾਨਕੀ ਦੇ ਵਿੱਚ ਪ੍ਰਹਲਾਦ ਵਰਗੀ ਭਗਤੀ ਨਹੀਂ ਸੀ, ਇਹਦਾ ਮਤਲਬ ਭੈਣ ਨਾਨਕੀ ਦੇ ਕਹਿਣ ਤੋਂ ਗੁਰੂ ਨਾਨਕ ਨਹੀਂ ਸੀ ਪ੍ਰਗਟ ਹੋ ਸਕਦਾ। ਇਹਦਾ ਮਤਲਬ ਇੱਕ ਦੇਵਤਾ ਅਵਤਾਰ ਭਗਵਾਨ ਵਿਸ਼ਨੂੰ ਹੀ ਇੱਕ ਆਪਣੀ ਭਗਤੀ ਰੱਖਿਆ ਕਰਨ ਵਾਸਤੇ ਉਹਦੀ ਯਾਦ ਕਰੇ ਤੇ ਆ ਸਕਦਾ ਹੈ, ਲੇਕਿਨ ਗੁਰੂ ਨਾਨਕ ਜੇ ਸਮਰੱਥਾ ਨੇ ਇੱਕ ਦੇਵਤੇ ਜਿੰਨੀ ਵੀ ਉਹ ਆਪਣੇ ਭਗਤ ਦੇ ਜਾਂ ਆਪਣੇ ਸਿੱਖ ਦੇ ਬੁਲਾਏ ਤੋਂ ਪ੍ਰਗਟ ਹੋ ਸਕਦਾ ਹੈ, ਇਹ ਨਾਮੁਮਕਿਨ ਬਾਤ ਹੈ। ਸਰਦਾਰ ਸਾਹਿਬ ਜੀ ਇਹਨੂੰ ਗੌਰ ਨਾਲ ਦੇਖੋਗੇ, ਸਤਿਗੁਰੂ ਨੇ ਕਿਤੋਂ ਨਹੀਂ ਆਉਣਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇ ਰਿਹਾ ਸਮਾਏ, ਉੱਥੋਂ ਹੀ ਪ੍ਰਗਟ ਹੋਣਾ।
ਉਹ ਪਰਮੇਸ਼ਰ ਹੈ। ਮੇਰਾ ਸਵਾਲ ਜੀ, ਪਹਿਲੀ ਗੱਲ ਜਵਾਬ ਦੇਣਾ, ਠੀਕ ਹੈ ਜੀ। ਪਹਿਲੀ ਗੱਲ ਤਾਂ ਜੀ, ਕੋਈ ਸਿੱਖ ਹਿਸਟਰੀ ਦੇ ਵਿੱਚ ਭਾਈ ਬਾਲਾ ਨਾਂ ਦਾ ਬੰਦਾ ਹੀ ਨਹੀਂ ਹੋਇਆ। ਅਗਲਾ ਸਵਾਲ ਹੈ, ਮੈਂ ਉੱਤਰ ਦੂੰਗਾ ਜੀ। ਅਗਲਾ ਸਵਾਲ ਹੈ, ਤੁਸੀਂ ਫਿਰ ਵਾਸਰਾਪਾਂ ਬਾਰੇ ਦੱਸੋ ਜੀ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸਲੋਕ ਦਾ, ਮੈਂ ਸਲੋਕ ਦਾ ਹਵਾਲਾ ਦੇਣਾ। ਹਾਂਜੀ, ਜੋ ਜੋ ਸੰਤ ਸਰਾਫੇ ਆ ਫਿਰ ਫਿਰੇ ਪਵੰਦੇ, ਇਹਦੇ ਕੀ ਅਰਥ ਕਰੋਗੇ? ਇਹ ਸਾਰਾ ਸਲੋਕ ਦੇਖੋ ਜੀ, ਰਹਾਉ ਦੀ ਰਹਾਉ ਦੀ ਤੋਂ ਕੱਢ ਕੇ ਦੇਖੋ, ਇਹ ਸਲੋਕ ਦਾ ਮਤਲਬ ਕੀ ਬਣਦਾ? ਪੰਨਾ ਨੰਬਰ, ਅੰਕ ਨੰਬਰ ਕਿੰਨਾ? ਮੈਂ ਦੱਸਦਾ ਜੀ, ਹੁਣੇ ਦੱਸਦਾ। ਹਾਂਜੀ, ਇਹ ਸਾਰੇ ਸਲੋਕ ਦਾ ਮਤਲਬ ਇਹ ਨਹੀਂ ਹੈ ਜੀ, ਜਿਹੜੇ ਸੰਤ ਸਰਾਪ ਦਿੰਦੇ ਨੇ ਉਹ ਬੰਦੇ ਸੁੱਕ ਜਾਂਦੇ ਹਨ। ਜੋ ਜੋ ਸੰਤ ਸਰਾਪਿਆ, ਖੈਰ ਗੁਰੂ ਗ੍ਰੰਥ ਸਾਹਿਬ ਦਾ ਇਸ ਜੋ ਸੰਤ ਸਰਾਪਿਆ, ਦੇਖੇ 315 15 ਤੇ 16 ਤੇ ਆਇਆ, ਜੋ ਜੋ 315 ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਵਿਗਾੜ ਛੱਡੇ। ਕਿੱਥੇ ਕਰਕੇ? ਇਸ ਲਈ ਲੱਗਦਾ ਸਰਦਾਰ ਸਾਹਿਬ ਗੁੱਸਾ ਨੀ ਕਰਨਾ ਆਪਣੇ, ਨਹੀਂ ਗੁੱਸਾ ਨਹੀਂ ਕਰਨਾ ਆਪਾਂ, ਬੜੇ ਧੀਰ ਭਾਅ ਦੇ ਨਾਲ, ਕਿਉਂਕਿ ਦੇਖੋ ਜਿਹੜਾ ਬਾਦ ਸੰਵਾਦ ਹੈ ਇਹਦੇ ਚ ਕੋਈ ਹਰਜ ਨਹੀਂ ਹੁੰਦਾ, ਬਾਦ ਵਿਵਾਦ ਦੇ ਵਿੱਚ ਬਹੁਤ ਨੁਕਸਾਨ ਹੁੰਦਾ। ਬਾਦ ਸੰਵਾਦ ਕਰੀਏ, ਬਾਦ ਸੰਵਾਦ ਹੁੰਦਾ, ਤੁਸੀਂ ਪ੍ਰਸ਼ਨ ਕਰੋ ਮੈਂ ਉੱਤਰ ਦਿਆਂਗਾ ਜੀ। ਆਪਾਂ ਨੂੰ ਬਰ ਤੱਕ ਦੀ ਇੱਥੇ ਤੁਸੀਂ ਪ੍ਰਸ਼ਨ ਵਰਦਾ ਕੀਤਾ ਵੀ ਗੁਰਬਾਣੀ ਦੇ ਵਿੱਚ ਇਨਸਰਾਫ ਦਾ ਬਰ ਸਰਾਫ ਨੂੰ ਗੁਰਬਾਣੀ ਨਹੀਂ ਮੰਨਦੀ, ਮੈਂ ਤੁਸੀਂ ਕਹਿੰਦੇ ਹੋ ਗੁਰਬਾਣੀ ਨਹੀਂ ਮੰਨਦੀ, ਜਾਂ ਸੰਤ ਦੇ ਸਰਾਫ ਨੂੰ ਕਿਉਂ ਮੰਨਦੀ ਆ ਬਾਣੀ? ਬਾਣੀ ਦੀ ਪੰਕਤੀ ਹੈ, ਮੈਂ ਕਹਿੰਦਾ ਸੈਂਟਰਲ ਆਈਡੀਆ, ਸਲੋਕ ਦਾ ਸੈਂਟਰਲ ਆਈਡੀਆ ਇਹਦੇ ਰਹਾਉ ਦੀ ਤੁੱਕ ਦੇ ਨਾਲ ਹੁੰਦਾ ਜੀ, ਉਹ ਤੁਸੀਂ ਸਰਾਫ ਨਹੀਂ, ਇਹਦਾ ਅਰਥ ਕੀ ਹੈ? ਇਹਦਾ ਅਰਥ ਸੰਤ ਸਰਾਫੇ ਦਾ ਅਰਥ ਤੁਸੀਂ ਕਰਦੇ ਹੋ, ਜੇ ਮੈਨੂੰ ਅਰਥ ਗੱਲ ਤੋਂ ਆਉਂਦਾ ਤੁਸੀਂ ਸਹੀ ਨੂੰ ਸ਼ੁੱਧ ਕਰਦੇ ਹੋ। ਯੂਨੀਵਰਸਲ ਟਰੁੱਥ ਹੈ ਜਿਹੜੇ ਉਹਦੇ ਨਾਲ ਉਹ ਟੁੱਟ ਜਾਂਦੇ, ਉਹ ਸੁੱਕ ਜਾਂਦੇ, ਕਿਸੇ ਦੇ ਸ਼ਰਾਬ ਦੇਣ ਤੇ ਬੰਦਾ ਨੀ ਸੁੱਕਦਾ। ਮੈਨੂੰ ਤਾਂ ਕਦੇ ਹਿਸਟਰੀ ਚੋਂ ਕਦੇ ਨੀ ਮਿਲਿਆ ਵੀ ਗੁਰੂ ਨਾਨਕ ਸਾਹਿਬ ਨੂੰ ਜਿਹਨਾਂ ਨੇ ਕੁੜਾਹੀਆ ਕਿਹਾ ਇੱਟਾਂ ਰੋੜੇ ਮਾਰੇ ਉਹਨਾਂ ਨੂੰ ਫਿਰ ਜੂਨਾ ਪਵੰਦੇ ਦੀ ਗੱਲ ਹੈ ਜੀ। ਗੁਰੂ ਨਾਨਕ ਸਾਹਿਬ ਦੇ ਕਹਿੰਦੇ ਨਾਨਕੇ ਬਿਨਾਂ ਜਾਪੀ ਕਿੱਥੋਂ ਜਾਏ, ਕਿੱਥੇ ਜਾਏ ਸਮਾਈ? ਮਰਨ ਤੋਂ ਬਾਅਦ ਬੰਦਾ ਜਾਂਦਾ ਕਿੱਥੇ? ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਕਿਤੇ ਨੀ ਜਾਂਦਾ ਬੰਦਾ, ਕਿਤੇ ਨੀ ਜਾਂਦਾ, ਨਹੀਂ ਜਾਂਦਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਕਿੱਥੇ ਨੀ ਜਾਂਦਾ? ਇਹ ਜਿਉਂਦੇ ਜੀ ਮਰਨ ਕਿਉਂ ਕਿੱਥੇ ਜਾਂਦਾ, ਕਿੱਥੋਂ ਦੱਸੋਗੇ? ਸਵਾਜੀ ਗੱਲ ਇਹ ਹੈ ਕਿ ਅਸਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਰ ਦੀਵਾਨ ਬੁਲਾਇਆ, ਇਹ ਕਿੱਥੇ ਜਾ ਰਿਹਾ? ਇਹ ਇੱਥੇ ਜਾਂਦਾ, ਸੁਣ ਰਹੇ ਮਨ, ਇਹ ਹੈ ਕਿ ਆਖਾਂ ਜੀਵਾਂ ਵਿਸਰਾ ਮਰ ਜਾਓ, ਜਿੰਨਾ ਚਿਰ ਬੰਦਾ ਗੁਰਬਾਣੀ, ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰਿਆ ਜੀ ਚੰਗੀ ਤਰ੍ਹਾਂ, ਗੁਰਬਾਣੀ ਮਰਨ ਤੋਂ ਬਾਅਦ ਕਿਸੇ ਜ਼ਿੰਦਗੀ ਦੀ ਗੱਲ ਹੀ ਨਹੀਂ ਕਰਦੀ। ਫਿਰ ਤਾਂ ਗੱਲ ਨਿਬੜ ਗਈ ਜੀ, ਤੁਸੀਂ ਅਗਲਾ ਤੁਸੀਂ ਆਪਣਾ ਫਿਊਚਰ ਆਪਣੇ ਆਪ ਫਿਕਸ ਹੋਏਗਾ। ਸਰਦਾਰ ਸਾਹਿਬ ਜਿਹੜਾ ਆਪਣਾ ਸਵਾਲ ਆਪਾਂ ਉਹਦੇ ਦੁਆਲੇ ਰੱਖੀ, ਆਲੇ ਦਾ ਤੇ ਸਮਾਂ ਜਿਹੜਾ ਸੀਮਿਤ ਹੈ, ਜਿਹੜਾ ਅਹਿਮ ਸਵਾਲ ਹੈ ਕਿਤੇ ਉਹਦੀ ਗੱਲ ਰਹਿ ਨਾ ਜਾਵੇ, ਆਪਾਂ ਉਹ ਅੱਜ ਜਿਹੜੀ ਆਪਾਂ ਅਗਲੇ ਹਫ਼ਤੇ ਆ ਜਾਵਾਂਗੇ। ਚਾਰ ਵੇਦ ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਇੱਥੇ ਰੁਕ ਜਾਓ ਇੱਕ ਮਿੰਟ ਥੋੜਾ ਜਿਹਾ, ਵਚਨ ਹੋਵੰਦੇ ਜੋ ਵਚਨ ਕਹਿਣ ਉਹ ਵਰ ਰੂਪ ਹੁੰਦੇ ਨੇ ਤੇ ਪੂਰੇ ਹੋ ਜਾਂਦੇ। ਵਰ ਰੂਪ ਦਾ ਵਰ ਤੁਸੀਂ ਕਿਸ ਚੀਜ਼ ਦਾ ਇਹਦਾ ਅਰਥ ਕਰੋਗੇ ਜੀ? ਜੋ ਉਹਦੀ ਸ਼ਕਤੀ ਹੈ ਕਰਮਖੰਡ ਕੀ ਬਾਣੀ, ਜੋਰ ਜੋ ਕਹਿ ਦੇਣ ਮੂੰਹ ਤੇ ਉਹ ਵਚਨ ਹੁੰਦੇ ਨੇ ਪੂਰੇ। ਸੱਚ ਹੈ, ਓਕੇ ਸਰਦਾਰ ਜੀ, ਤੁਸੀਂ ਇੱਕ ਸਾਧ ਵਚਨ ਨਹੀਂ ਚਲਾਦਾ, ਜੋ ਵਚਨ ਕਹਿਣ ਪੂਰੇ ਹੁੰਦੇ ਨੇ ਉਹ। ਇੱਕ ਮਿੰਟ ਕਰਨਾ ਸੀ ਜੇ ਮੈਂ ਸਿਹਤ ਉੱਥੇ ਇਸ ਪੰਕਤੀ ਦੇ, ਇਸ ਪੰਕਤੀ ਦਾ ਸਾਰਾ ਕੁਝ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋ ਬੰਦੇ, ਵਰ ਦੀ ਗੱਲ ਇਹਦੇ ਵਿੱਚ ਵੀ ਨਹੀਂ ਹੈ। ਓਕੇ ਜੀ, ਲਓ ਜੀ ਮੈਂ ਸਾਰੇ ਇਹਦੀ ਤੁਸੀਂ ਟੀਕਾ ਕਿਹੜਾ ਸਮਝੋ ਕਿ ਠੀਕ ਹੈ ਜੀ? ਅੱਜ ਦੀ ਡੇਟ ਕਰ ਟੀਕਾ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ, ਓਕੇ ਇਹ ਉਹੋ ਹੀ ਆਏ, ਲਓ ਆਪਾਂ ਇਹਦਾ ਪੜ੍ਹੋ। ਹਾਂਜੀ, ਇਹਦਾ ਪੜ੍ਹ ਦਿੰਦੇ ਹਾਂ ਜੀ, ਜਿਹੜਾ ਵੀ ਅੰਤਰੀ ਭਾਵ ਲਿਖਿਆ ਜੀ। ਇਹ ਨਾਨਕ ਸੰਤ ਤੇ ਮੁਨੀ ਜਨ ਆਪਣੀ ਵਿਚਾਰ ਦੱਸਦੇ ਹਨ, ਤੇ ਚਾਰੇ ਵੇਦ ਭਾਵ ਪੁਰਾਤਨ ਧਾਰਮਿਕ ਪੁਸਤਕ ਹਨ ਵੀ ਇਹੀ ਗੱਲ ਆਖਦੇ ਹਨ ਕਿ ਭਗਤ ਜਨ ਜੋ ਬਚਨ ਮੂੰਹ ਬੋਲਦੇ ਹਨ ਉਹ ਸਹੀ ਹੁੰਦੇ ਹਨ,
ਸਹੀ ਹੁੰਦੇ ਹਨ। ਹਾਂਜੀ, ਭਗਤ ਸਾਰੇ ਸੰਸਾਰ ਵਿੱਚ ਪ੍ਰਤੱਖ ਪ੍ਰਸਿੱਧ ਹੁੰਦੇ ਹਨ ਤੇ ਉਹਨਾਂ ਦੀ ਸੋਭਾ ਸਾਰੇ ਲੋਕ ਜਾਣਦੇ ਹਨ। ਕੀ ਤੁਸੀਂ ਪੁਰਾਤਨ ਪੁਸਤਕਾਂ ਨੂੰ ਮੰਨਦੇ ਹੋ? ਤੁਸੀਂ ਅੱਗੇ ਪੜ੍ਹ ਲਓ, ਕਿਉਂਕਿ ਉਹਦੇ ਵਿੱਚ ਆਇਆ ਨਾ ਪੜ੍ਹ। ਜੋ ਮੂਰਖ ਮਨੁੱਖ ਅਜਿਹੇ ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁੱਖ ਨਹੀਂ ਪਾਉਂਦੇ, ਉਹ ਦੁਖੀ ਸੜਦੇ ਜਾਂ ਹੰਕਾਰ ਵਿੱਚ ਹਨ, ਪਰ ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ। ਇਹਨਾਂ ਦੁਖੀ ਮਨੁੱਖਾਂ ਦੇ ਵਸ ਵੀ ਕੀ ਹੈ, ਕਿਉਂਕਿ ਸੰਸਕਾਰ ਹੀ ਉਹਨਾਂ ਦਾ ਹਿੱਸਾ ਹੈ। ਜੇ ਸਕੇ ਨਹੀਂ ਨਿਰਵੈਰਾਂ ਨਾਲ ਵੀ ਵੈਰ ਕਰਦੇ ਹਨ, ਧਰਮ ਵਿੱਚ ਭਟਕਦੇ ਫਿਰਦੇ ਹਨ। ਜੋ ਮਨੁੱਖ ਸੰਤਾਂ ਵੱਲੋਂ ਫਿਟਕਾਰੇ ਹੋਏ ਹਨ ਉਹ ਜਨਮ ਮਰਨ ਵਿੱਚ ਭਟਕਦੇ ਹਨ। ਤੁਸੀਂ ਕਹਿੰਦੇ ਜਨਮ ਮਰਨ ਹੈ ਨੀ ਗੱਲ, ਜੰਮਣ ਮਰਨ ਹੁੰਦਾ ਜੀ, ਆਖਾਂ ਜੀਵਾਂ ਵਿਸਰਾ ਮਰ ਜਾਓ। ਹੋਰ ਬੜੀਆਂ ਹੈਗੀਆਂ, ਹੋਰ ਬੜੀਆਂ ਪੰਕਤੀਆਂ ਹੈਗੀਆਂ। ਤੁਸੀਂ ਜੰਮਣ ਮਰਨ ਦਾ ਇੱਕ ਅਲੱਗ ਵਿਸ਼ਾ ਹੈਗਾ, ਤੁਸੀਂ ਮੀਟ ਦੇ ਉੱਤੇ ਚੱਲੋਗੇ ਤਾਂ ਗੱਲ ਇੱਥੇ ਸ਼ਰਾਬ ਤੇ ਵਾਧੀ ਚੱਲਦੀ ਪਈ ਸੀ, ਕੋਈ ਵਾਰ ਸ਼ਰਾਬ ਦੀ ਇੱਥੇ ਗੱਲ ਹੀ ਨਹੀਂ। ਸੰਸਾਰ ਇੱਕ ਮਿੰਟ, ਜਿਹੜੇ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ ਸੰਤਾਂ ਦੇ ਕਹਿਣ ਤੇ ਜਨਮ ਮਰਨ ਵਿੱਚ ਭਟਕਦੇ ਫਿਰਦੇ ਹਨ, ਕੀ ਤੁਸੀਂ ਉਹਨੂੰ ਸਰਾਫ ਨਹੀਂ ਮੰਨਦੇ? ਬਿਲਕੁਲ ਨਹੀਂ ਸਰਾਫ ਕਹਦਾ ਜੀ, ਕਿਉਂ ਨਹੀਂ ਮੰਨਦੇ? ਸਹੀ ਗੱਲ ਹੈ ਵੀ ਸੰਤਾਂ ਦਾ ਸਰਾਫ ਹੁੰਦਾ ਹੈ। ਜਿਹੜਾ ਲਫ਼ਜ਼ ਫਟਕਾਰ ਆ ਉਹਨੂੰ ਅਸੀਂ ਮਹਾਨ ਕੋਸ਼ਚ ਵੀ ਦੇਖ ਸਕਦੇ ਹਾਂ ਤੇ ਉਹਦਾ ਅਰਥ ਇਹ ਹੈਗਾ ਕਿ ਸਰਾਫ ਨਹੀਂ ਹੈ, ਬਲਕਿ ਫਟਕਾਰਿਆ ਹੋਇਆ ਕਿਸੇ ਵੱਲੋਂ ਉਹਨੂੰ ਦੁਰਲੰਘ ਪਾਈ ਗਈ ਫਟਕਾਰ, ਹੋਰ ਲਫ਼ਜ਼ ਦਾ ਸਰਾਫ। ਇਹ ਸਾਹਿਬ ਸਿੰਘ ਦਾ ਟੀਕਾ ਤੁਹਾਡੇ ਕੋਲ, ਪ੍ਰੋਫੈਸਰ ਸਾਹਿਬ ਦਾ ਵਿਦਵਾਨ ਸੀ, ਵਿਆਕਰਨ ਵਾਲੇ ਸੀ, ਹਾਂਜੀ। ਸਭ ਤੋਂ ਪਹਿਲਾ ਟੀਕਾ ਕਿਹੜਾ? ਮੈਂ ਸਰਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਫਰੀਦਕੋਟੀਆ ਦੇਖੋ ਉਹਦੇ ਕੀ ਅਰਥ ਹੈ। ਫਰੀਦਕੋਟੀਆ ਟੀਕਾ ਲਿਖਣ ਵਾਲੇ ਪੰਡਿਤ ਕਰਤਾਰ ਸਿੰਘ ਦਾਖਾ ਤੇ ਬਦਨ ਸਿੰਘ ਦਾਖਾ ਮੋਢੀ ਸੀ, ਪੰਡਿਤਾਂ ਦੀ ਕੀਤੀ ਹੋਈ ਚੀਜ਼। ਪੰਡਿਤ ਦਾ ਅਰਥ ਬ੍ਰਾਹਮਣ ਨਹੀਂ ਹੁੰਦਾ ਸਰਦਾਰ ਸਾਹਿਬ, ਵਿਦਵਾਨ ਉਹ ਬ੍ਰਾਹਮਣ ਨਹੀਂ ਸੀ, ਵਿਦਵਾਨ ਸੀ। ਉਹਨਾਂ ਦੇ ਨਾਂ ਨਾਲ ਪਿੰਡ ਵੀ ਜਾ ਕੇ ਪੁੱਛੋ, ਦਾਖਿਆਂ ਦੇ ਬੰਦੇ ਇੱਥੇ ਸੁਣਦੇ ਹੀ ਹੋਣਗੇ, ਉਹ ਪੰਡਿਤ ਸੀ ਜੀ ਜਾਤ ਦੇ ਵੀ। ਕੌਣ? ਉਹ ਕਰਤਾਰ ਸਿੰਘ ਦਾਖਾ ਤੇ ਬਦਨ ਸਿੰਘ। ਪਤਾ ਨਹੀਂ ਜਿਹੜਾ ਬਦਨ ਸਿੰਘ ਹੈ ਇਹ ਤਾਂ ਬ੍ਰਾਹਮਣਾਂ ਦੇ ਨਹੀਂ। ਮੈਂ ਤਾਂ ਮੇਰੀ ਹਿਸਟਰੀ ਦੱਸਦਾ ਜੀ, ਰਾਜੇ ਨੇ ਇਹ ਮਤਾ ਪਕਾਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕੀਤੇ ਜਾਣ, ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਲਿਖਿਆ ਕੀ ਹੈ, ਬਣਦਾ ਕੀ ਹੈ। ਫਰੀਦਕੋਟੀਏ ਰਾਜੇ ਨੇ ਇਹਨਾਂ ਦੋਨਾਂ ਬੰਦਿਆਂ ਨੂੰ ਸੱਦ ਕੇ, ਇਹਨਾਂ ਨਾਲ ਨਿਰਮਲੇ ਵੀ ਸੀ, ਇਹਨਾਂ ਨੇ ਇੱਕ ਖਰੜਾ ਤਿਆਰ ਕਰ ਲਿਆ। ਕਪੂਰ ਜਿਹੜਾ ਆਪਣਾ ਕਪੂਰਥਲੇ ਦਾ ਰਾਜਾ ਸੀ ਉਹਦਾ ਰਿਪ੍ਰੈਜੈਂਟੇਟਿਵ ਬਣ ਕੇ ਪ੍ਰੋਫੈਸਰ ਗੁਰਮੁਖ ਸਿੰਘ ਆਏ ਹੈ। ਉਹਨਾਂ ਨੇ ਇਹਨਾਂ ਦਾ ਖਰੜਾ ਵੇਖ ਕੇ ਇਹ ਜਵਾਬ ਦਿੱਤਾ ਹੈਗਾ, ਹਿਸਟਰੀ ਦੀਆਂ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਤੁਹਾਡਾ ਖਰੜਾ, ਮੈਂ ਉਹਦੇ ਨਾਲ ਸਹਿਮਤ ਨਹੀਂ, ਇਸ ਕਰਕੇ ਮੈਂ ਹਿੱਸਾ ਨਹੀਂ ਲਵਾਂਗਾ। ਬਦਨ ਸਿੰਘ ਕਹਿਣ ਲੱਗੇ, ਅਸੀਂ ਸਾਡੀ ਮੈਜੋਰਟੀ ਆ, ਹੁਣ ਤੈਨੂੰ ਹਿੱਸਾ ਲੈਣਾ ਪਏਗਾ। ਉਹ ਕਹਿੰਦਾ ਮੈਂ ਇਹ ਆਪਣੇ ਮੱਥੇ ਤੇ ਕਲੰਕ ਨਹੀਂ ਲਵਾਵਾਂਗਾ ਕਿ ਮੈਂ ਸਿੱਖਾਂ ਨੂੰ ਪੰਡਿਤ ਬਣਾ ਦੇਵਾਂ। ਹਿੰਦੂ ਦੇਵਤਿਆਂ ਦੀਆਂ ਕਥਾ ਕਹਾਣੀ ਨਾਲ ਜੋੜ ਕੇ ਉਹਨਾਂ ਦਾ ਕਹਾਣੀਆਂ ਦਾ ਜ਼ਿਕਰ ਕਰਕੇ ਗੁਰੂ ਗ੍ਰੰਥ ਸਾਹਿਬ ਗੱਲ ਕਰਨਗੇ ਪੂਰੀ ਜ਼ਿਕਰ ਕਰਕੇ ਉਹਨਾਂ ਨੇ ਇਹ ਨੀ ਕਿਹਾ ਕਿ ਪ੍ਰਹਿਲਾਦ ਦੀ ਜਾਂ ਕਿਸੇ ਹੋਰ ਦੀ, ਗਣਕਾ ਦੀ ਜਾਂ ਅਜਾਮਲ ਦੀ ਕਹਾਣੀ ਸੱਚੀ ਹੈ, ਸਿਰਫ ਉਹਦਾ ਰੈਫਰੈਂਸ ਦਿੱਤਾ ਹੈ। ਰੈਫਰੈਂਸ ਦੇਣ ਦਾ ਮਤਲਬ ਹੁੰਦਾ, ਅੱਛਾ ਇੱਕ ਗੱਲ ਮੈਨੂੰ ਗੱਲ ਕਰ ਲੈਣਾ, ਰੈਫਰੈਂਸ ਦੇਣ ਦਾ ਮਤਲਬ ਹੁੰਦਾ ਜਿਵੇਂ ਇੱਥੇ ਸਾਈਨ ਬੋਰਡ ਲੱਗਾ ਵੀ ਇਹ ਪਿੰਡ ਨੂੰ ਰਸਤਾ ਆ ਜਾਂਦਾ ਹੈ। ਅੱਗੇ ਇਹ ਨੀ ਕਿਹਾ ਜਾਂਦਾ ਕਿ ਉਹ ਪਿੰਡ ਚੰਗਾ ਜਾਂ ਮਾੜਾ, ਜਾਂ ਚੰਗਿਆਂ ਬੰਦਿਆਂ ਦਾ ਜਾਂ ਮਾੜਿਆਂ ਬੰਦਿਆਂ ਦਾ। ਨਹੀਂ ਸਰਦਾਰ ਸਾਹਿਬ, ਜਦੋਂ ਕੋਈ ਵੀ ਪਿੰਡ ਦਾ ਆਪਾਂ ਉਹਨੂੰ ਉਹਦੇ ਨਾਲ ਤੁਲਨਾ ਨਾ ਕਰੀਏ, ਜੇਕਰ ਕੋਈ ਬਿਆਨ ਕਰਨ ਵਾਸਤੇ ਕਿਸੇ ਉਦਾਹਰਨ ਦਾ ਕੋਈ ਨਾ ਕੋਈ ਉਹਦੀ ਤੁੱਕ ਦਾ ਮਤਲਬ ਵਿੱਚ ਲਿਖਿਆ ਹੁੰਦਾ, ਇਹਦਾ ਮਤਲਬ ਕਿ ਪਾਸ ਦੇ ਵਿੱਚ ਸੀ। ਵੇਖੋ, ਕੋਈ ਵੀ ਜਦੋਂ ਆਪਾਂ ਉਦਾਹਰਨ ਦੇਣੀ ਹੁੰਦੀ ਹੈ ਨਾ ਜੀ, ਉਹ ਜੇਕਰ ਹੋਣ ਦੇ ਵਿੱਚ ਨਹੀਂ ਹੋਵੇ ਤੇ ਉਹ ਉਦਾਹਰਨ ਨਹੀਂ ਦਿੱਤੀ ਜਾਂਦੀ। ਸਰਦਾਰ ਜੀ, ਨਹੀਂ ਰਵਿੰਦਰ ਸਿੰਘ ਜੀ, ਜਿਹੜਾ ਜਿਹਨਾਂ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਜਿਹੜੇ ਵਿਦਵਾਨ ਸੱਜਣ ਜੇ ਉਹਨਾਂ ਨੇ ਪ੍ਰਸ਼ਨ ਚਿੰਨ ਕਿਸੇ ਬੁੱਕ ਦੇ ਉੱਤੇ ਲਾਤਾ ਤੇ ਉਹ ਬੁੱਕ ਹਮੇਸ਼ਾ ਹੀ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਰਹੇ। ਇੱਕ ਬੰਦੇ ਦੇ ਕਿਸੇ ਦੇ ਸਰਦਾਰ ਸਾਹਿਬ, ਇੱਕ ਬੰਦੇ ਦੇ ਕਿਸੇ ਦੇ ਪ੍ਰਸ਼ਨ ਚਿੰਨ੍ਹ ਲਾਉਣ ਦੇ ਨਾਲ ਉਹ ਬੁੱਕ, ਇਹ ਨੀਗਾ ਕਿ
ਪਰ ਉਹਦੇ ਵਿਚ ਕਈ ਚੀਜ਼ਾਂ ਜਿਹੜੀਆਂ ਗੁਰਮਤ ਦੇ ਮੁਤਾਬਕ ਠੀਕ ਨੇ। ਪਟਨਾ ਸਾਹਿਬ ਦੇ ਜ਼ਿੰਮੇਵਾਰ ਸੱਜਣ ਸਿੰਘ ਸਾਹਿਬ ਬਾਬਾ ਸਮੀਰ ਸਿੰਘ ਜੀ ਇਸ ਇੱਕ ਕਮੇਟੀ ਬਣਾਈ ਗਈ ਵਿਦਵਾਨਾਂ ਦੀ ਜਿਹੜੀ ਇਸ ਟੀਕੇ ਨੂੰ ਸੋਧੇ ਤੇ ਗੁਰਮਤ ਦੇ ਅਨੁਕੂਲ ਹੈ ਜਾਂ ਉਹਨਾਂ ਨੇ ਅੰਤਮ ਰੂਪ ਅਗਲਾ ਜੀ ਸਵਾਲ ਭਾਈ ਬਾਲਾ ਜੀ ਹੈ ਕੀ ਨਹੀਂ। ਅੱਛਾ ਜੀ ਭਾਈ ਬਾਲੇ ਤੇ ਅੱਛਾ ਮੈਂ ਇੱਕ ਗੱਲ ਇਸ ਨੂੰ ਪੁੱਛਣੀ ਚਾਹੁੰਦਾ ਜੀ ਵੀ ਭਾਈ ਬਾਲੇ ਤੇ ਇਤਰਾਜ਼ ਕਿਉਂ ਹੋ ਗਿਆ ਤੁਹਾਨੂੰ ਵੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ 553 ਪੰਨੇ ਤੇ 3 ਸਲੋਕ ਦੇ ਕੇ ਗਵਾਹੀ ਭਰਦੇ। ਗੁਰੂ ਨਾਨਕ ਸਾਹਿਬ ਦੇ ਸਲੋਕ ਹੈ, ਸਲੋਕ ਮਰਦਾਨਾ ਪਹਿਲਾ, ਜੇ ਬਾਲਾ ਕਿਤੇ ਹੋਇਆ ਹੁੰਦਾ, ਜੇ ਉਹਨਾਂ ਹੀ ਉਹਨਾਂ ਦੇ ਸਾਥ ਵਿਚਰਿਆ ਹੁੰਦਾ ਜਿੰਨਾ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੈਗੇ ਹੈ, ਤਾਂ ਗੁਰੂ ਨਾਨਕ ਸਾਹਿਬ ਆਪ ਜਾਂ ਦੂਜੇ ਗੁਰੂ ਜਾਂ ਤੀਜੇ ਪੰਜਵੇਂ ਨੌਵੇਂ ਗੁਰੂ ਤੱਕ ਤੇ ਪਲੱਸ ਭਾਈ ਗੁਰਦਾਸ ਜੀ ਕਿਤੇ ਆਪਣੀਆਂ ਵਾਰਾਂ ਚ ਭਾਈ ਬਾਲੇ ਦਾ ਜ਼ਿਕਰ ਕਰਦੇ। ਇੱਕ ਮਿੰਟ, ਮੇਰਾ ਸਵਾਲ ਹਜੇ ਜਵਾਬ ਨਹੀਂ ਪੂਰਾ ਹੋਇਆ। ਸਿੱਖਾਂ ਦੀ ਬੰਸਾਵਲੀ ਦੀ ਗੱਲ ਜਾਂ ਪਹਿਲੀ ਵਾਰ ਦੇ ਵਿੱਚ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਪਹਿਲੀ ਵਾਰ, ਤੇ 11ਵੀਂ ਵਾਰ ਦੀ 13ਵੀਂ ਪੌੜੀ ਤੋਂ ਲੈ ਕੇ 20ਵੀਂ 22ਵੀਂ ਪੌੜੀ ਤੱਕ ਸਿੱਖਾਂ ਦੀ ਬੰਸਾਵਲੀ ਚੱਲਦੀ ਹੈ ਜੀ। 13ਵੀਂ 14ਵੀਂ ਪੌੜੀ ਚ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਬੰਸਾਵਲੀ, ਉੱਥੇ ਬਾਲੇ ਨਾਂ ਦਾ ਕੋਈ ਜ਼ਿਕਰ ਨਹੀਂ। ਜਿਹੜੀ ਤੁਸੀਂ ਹੁਣ ਬਾਲੇ ਵਾਲੀ ਸਾਖੀ ਦੀ ਗੱਲ ਕਰੋਗੇ, ਉਹ 5ਵੀਂ ਪਾਤਸ਼ਾਹੀ ਦੇ ਸਿੱਖਾਂ ਦੇ ਵਿੱਚ ਪੈੜਾ ਮੌਕਾ ਤੇ ਬਾਲਾ ਇਕੱਠੇ ਹੋ ਜਾਂਦੇ। ਜਿਹੜੀ ਬਾਲੇ ਵਾਲੀ ਸਾਖੀ ਹੈ ਉਹਦੇ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈਗਾ, ਅੱਜ ਆਪਣਾ ਤਾਕਤ ਨਹੀਂ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 5 ਗੁਰੂ ਬਾਲੇ ਦੀ ਕੋਈ ਜ਼ਿਕਰ ਨਹੀਂ ਕਰਦੇ, ਭਾਈ ਗੁਰਦਾਸ ਕਿਧਰੇ ਜ਼ਿਕਰ ਨਹੀਂ ਕਰਦੇ, ਬਾਲਾ ਕੋਈ ਨਹੀਂ ਹੋਇਆ, ਇਹ ਕਲਪਤ ਹੈਗਾ। ਤੇ ਜਿਹੜੀ ਬਾਲੇ ਵਾਲੀ ਸਾਖੀ ਲਿਖੀ ਗਈ ਹੈ ਉਹ ਵੀ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਿਖਾਉਣ ਵਾਸਤੇ ਲਿਖੀ ਗਈ ਹੈ, ਉੱਚਾ ਚੁੱਕਣ ਵਾਸਤੇ ਨਹੀਂ। ਮੇਰੀ ਪੂਰੀ ਹੁਣ ਮੈਨੂੰ ਗੱਲ ਕਰਨੀ, ਇੱਕ ਤਾਂ ਗੱਲ ਇਹ ਹੈ ਜੀ ਵੀ ਮਹਾਨ ਕੋਸ਼ ਦੇ ਪੰਨਾ ਫੜੋ ਜੀ 858 ਤੇ ਜਿਹੜੀ ਪੁਸਤਕ ਨੂੰ ਇਹ ਵੀ ਮੰਨਦੇ ਆ ਉਹਦੇ ਤੇ ਭਾਈ ਬਾਲੇ ਦਾ ਹਵਾਲਾ ਪੜੋ ਤੇ ਸੰਗਤਾਂ ਨੂੰ ਪੜ੍ਹ ਕੇ ਸੁਣਾ ਦਿਓ। ਬਾਲਾ ਆਲਾ ਬਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ ਚੰਦਰਪਾਨ ਦਾ ਪੁੱਤਰ, ਹਾਂਜੀ ਸੰਧੂ ਜੱਟ ਦਾ ਸਪੁੱਤਰ ਭਾਈ ਬਾਲਾ ਜੋ ਤਲਵੰਡੀ ਨਨਕਿਆਣੇ ਦਾ ਵਸਨੀਕ ਸੀ, ਜਨਮ ਸਾਖੀ ਅਤੇ ਗੁਰੂ ਨਾਨਕ ਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ। ਹਰ ਗੁਰੂ ਅੰਗਦ ਦੇਵ ਜੀ ਨੂੰ ਇਸ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ। ਇੱਥੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਵਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ। ਭਾਈ ਬਾਲੇ ਦੀ ਉਮਰ ਗੁਰੂ ਨਾਨਕ ਦੇਵ ਜੀ ਤੋਂ 3 ਵਰੇ ਵੱਡੀ ਲਿਖੀ ਹੈ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ, ਹਾਂਜੀ ਜਿਹੜੀ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਮੈਂ ਗੱਲ ਤੁਹਾਨੂੰ ਪਹਿਲਾਂ ਕਹਿ ਗਿਆ ਜੀ, ਸਿੱਖਾਂ ਦੀ ਬੰਸਾਵਲੀ ਚ ਪੈੜਾ ਮੌਕਾ ਨਾਲ ਆ ਗਿਆ। ਦਸ ਇੱਥੇ ਗੱਲ ਹੈ, ਹਾਂਜੀ ਬਾਲਾ ਹੈ, ਤੁਸੀਂ ਸਬੂਤ ਦਿਓ ਵੀ ਬਾਲਾ ਕਿਉਂ ਨਹੀਂ ਹੈ? ਇਹ ਤਾਂ ਅਸੀਂ ਸਬੂਤ ਦਿੱਤਾ ਜਾਂ ਮਹਾਨ ਕੋਸ਼ ਦੇ ਵਿੱਚ ਲਿਖਿਆ ਜਿਹਨੂੰ ਤੁਸੀਂ ਵੀ ਮੰਨਦੇ ਹੋ। ਇਹ ਜਿਹੜੇ ਅਸੀਂ ਨਹੀਂ ਲਿਖਿਆ ਮਹਾਨ ਕੋਈ, ਭਾਈ ਕਾਹਨ ਸਿੰਘ ਨਾਭਾ ਨੇ ਜਿਹੜਾ ਪੰਥ ਦਾ ਪ੍ਰਮਾਣਿਤ ਗ੍ਰੰਥ ਹੈ ਮੈਂ ਉਹਦੇ ਚ ਦਿੱਤਾ ਹੈ ਭਾਈ ਕਾਹਨ। ਅੱਛਾ, ਮਹਾਨ ਨਾਭਾ ਰੈਫਰੈਂਸ ਦੇ ਰਿਹਾ ਜੀ ਜਨਮ ਸਾਖੀ ਦਾ, ਉਹ ਇਹ ਨਹੀਂ ਕਹਿ ਰਹੇ ਮੈਂ ਕਹਿ ਰਿਹਾ ਸੱਚ ਝੂਠ। ਮੈਂ ਇਸ ਜਨਮ ਸਾਖੀ ਤੋਂ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਰੈਫਰੈਂਸ, ਮੈਂ ਭਾਈ ਗੁਰਦਾਸ ਦੀ ਉਹੀ ਬਾਰ ਕੱਢਣ ਦਾ ਜਿਹੜੀ ਤੁਸੀਂ ਲੈ ਰਹੇ ਹੋ, ਹਾਂਜੀ ਜਿਹੜਾ ਮੈਂ ਪੜੇ ਮੌਕੇ ਦਾ ਨਾਂ ਆਇਆ ਲਿਖਾਰੀ ਦਾ, ਉਹ ਭਾਈ ਗੁਰਦਾਸ ਲਿਖਦੇ ਆ 5ਵੇਂ ਪਾਤਸ਼ਾਹੀ ਦਾ ਸਿੱਖ ਹੈ ਜਿਹੜਾ ਲਿਖਾਰੀ। ਮੰਨ ਲਓ ਜੇਕਰ ਉਹ ਨਹੀਂ ਸੀਗੇ ਤੇ ਹੁਣ ਕਿਹਾ ਜਾ ਰਿਹਾ ਕਿ ਹੈ, ਆਪਾਂ ਨੂੰ ਕੋਈ ਉਹਦੇ ਨਾਲ ਨੁਕਸਾਨ ਹੋ ਰਿਹਾ? ਜਿੰਨੀ ਦੇਰ ਤੱਕ ਭਾਈ ਬਾਲੇ ਨੂੰ ਮੁਕਰਿਆ ਨਾ ਜਾਵੇ ਇਤਿਹਾਸ ਦਾ ਮੁੱਢ ਵਧੇ ਨਹੀਂ ਜਾ ਸਕਦਾ। ਇਤਿਹਾਸ ਨੂੰ ਖਤਮ ਕਰਨ ਲਈ ਪਹਿਲੀ ਇਹ ਬਹੁਤ ਵੱਡੀ ਇੱਕ ਨੁਕਸਾਨ ਵਾਲੀ ਬਾਤ ਹੈ ਜੇ ਭਾਈ ਬਾਲੇ ਨੂੰ ਨੀ ਮੁਕਰਦੇ ਤੇ ਫਿਰ ਉਹ ਗੱਲ ਕਹਾਂ ਬਣਦੀ। ਹੁਣ ਆਹ ਲਓ ਜੀ ਤੁਹਾਡੇ ਭਾਈ ਗੁਰਦਾਸ ਜੀ, ਮੈਂ ਪੜ੍ਹਨਾ ਨਹੀਂ, ਮੈਂ ਤੁਹਾਨੂੰ ਸੁਣਾਉਣਾ, ਮੈਂ ਤਾਂ ਤੁਹਾਨੂੰ ਜ਼ੁਬਾਨੀ ਪੜ੍ਹ ਕੇ ਸੁਣਾਉਣਾ। ਪਹਿਲਾ ਮੌਕਾ ਤੇ ਬਾਲਾ ਇੱਕ ਵਾਰ ਇਕੱਠੇ ਆਉਂਦੇ। ਚਲੋ ਆਹ ਦੇਖੋ, ਜਦੋਂ ਤੁਹਾਨੂੰ ਇਤਰਾਜ਼ ਹੋਇਆ ਮੈਂ ਵੀ ਜ਼ੁਬਾਨੀ ਪੜ੍ਹ ਕੇ ਸੁਣਾਉਣਾ, ਤੁਸੀਂ ਜ਼ੁਬਾਨੀ ਪੜ੍ਹ ਕੇ ਸੁਣਾਓ। ਤਾਰੂ ਪੋਪਟ ਤਾਰਿਆ, ਹਾਂਜੀ ਬਾਲ ਸੁਭਾਏ ਗੁਰਮੁਖ ਬਾਲ ਸੁਭਾਏ ਉਦਾਸੀ, ਇਹਦਾ ਅਰਥ ਹੈ ਮੈਂ ਕਿਸੇ ਟੀਕੇ ਮਗਰ ਨਹੀਂ ਜਾਣਾ, ਮੈਂ ਭਾਈ ਗੁਰਦਾਸ ਦੀ ਰਚਨਾ ਮਗਰ ਜਾਣਾ। ਇਹਦੇ ਚ ਦੋ ਸਿੱਖਾਂ ਦਾ ਨਾਂ ਹੈ ਜੀ, ਤਾਰੂ ਪੋਪਟ ਤੇ ਬਾਲ ਭਾਈ ਬਾਲਾ, ਜਿਹੜਾ ਗੁਰਮੁਖ ਜਨਮ ਤੋਂ ਹੀ ਬਹੁਤਾ ਨਹੀਂ ਸੀ ਬੋਲਦਾ, ਉਦਾਸ ਹੀ ਰਹਿੰਦਾ ਸੀ, ਬੈਰਾਗ ਵਿੱਚ ਰਹਿੰਦਾ ਸੀ। ਆਹ ਭਾਈ ਗੁਰਦਾਸ ਦੀ ਪੜ੍ਹ ਕੇ ਦੇਖੋ, ਆਹ ਦਿਖਾ ਦਿਓ ਸੰਗਤਾਂ ਨੂੰ ਜਰਾ, ਹਾਂਜੀ ਆਹ ਸੰਗਤਾਂ ਨੂੰ ਮੜ ਕੇ ਦਿਖਾ ਦਿਓ ਯਾਰ। ਹਾਂਜੀ ਆ ਲਓ ਜੀ, ਹਾਂਜੀ ਕਿ ਆਹ
ਹੁਣ ਤੁਸੀਂ ਉਹਦੇ ਵਿੱਚ ਦੇਖੋ ਜੀ, ਉਹਨਾਂ ਨੇ ਲਿਖਿਆ ਹੈਗਾ, ਮਾਨਕੋਸ਼ ਵਾਲੇ ਲਿਖਦੇ ਆ ਵੀ ਬਾਲੇ ਨੇ ਲਿਖਵਾਈ ਤੇ ਪੈੜੇ ਮੋਖੇ ਨੇ ਲਿਖੀ। ਹੁਣ ਤੁਸੀਂ ਪੰਜਵੀਂ ਪਾਤਸ਼ਾਹੀ ਦੇ ਸਿੱਖਾਂ ਦੀ ਬੰਸਾਵਲੀ ਕੱਢ ਕੇ ਇਹ ਦੋਨੋਂ ਉੱਥੇ ਜਾ ਕੇ ਇਕੱਠੇ ਹੋ ਜਾਂਦੇ ਨੇ। ਮੈਂ ਇੱਕ ਕਿਤਾਬ ਹੋਰ ਦਿਖਾਉਣੀ ਚਾਹੁੰਦਾ, ਕੱਤਰ ਕੇ ਵਿਸਾ ਭਾਜੀ, ਇਸੇ ਗੱਲ ਉੱਪਰ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਵੀ ਚੁੱਕੋਗੇ, ਵਿਸਾਖ ਕੇ ਕੱਤਕ। ਹਾਂਜੀ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਲੈ ਲਓ, ਜੇਕਰ ਇਹੋ ਜਿਹੀ ਕਿਤਾਬ ਬਿਲਕੁਲ ਛੱਡ ਦੋ ਜੀ, ਭਾਈ ਗੁਰਦਾਸ ਦੀਆਂ ਵਾਰਾਂ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਬਾਸਾ ਵਾਲੀ ਕੱਢੋ, ਉੱਥੇ ਪੈੜਾ ਮੌਕਾ ਤੇ ਭਾਈ ਬਾਲਾ ਇੱਕ ਮਿੰਟ ਮੈਂ ਇੱਕ ਗੱਲ ਹੋਰ ਕਰ, ਇੱਕ ਮਿੰਟ ਹੋਰ ਮੈਂ ਜਵਾਬ ਦੇ ਰਿਹਾ ਜੀ। ਜਿਹੜੀ ਬਾਲੇ ਵਾਲੀ ਸਾਖੀ ਉਹਦੇ ਪਹਿਲੇ ਪੰਨੇ ਤੇ ਇਹ ਲਿਖਿਆ ਹੈਗਾ ਕਿ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕੋਈ ਐਸਾ ਸਿੱਖ ਲੱਭ ਕੇ ਲਿਆਓ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਵਰਤਾਂਤ ਸੁਣਾ ਸਕਦਾ ਹੋਵੇ। ਤੇ ਜਦੋਂ ਬਾਲਾ ਆਪਣੇ ਪਿੰਡ ਤੋਂ ਚੱਲ ਕੇ ਗੁਰੂ ਅੰਗਦ ਦੇਵ ਜੀ ਕੋਲ ਆਉਂਦਾ, ਉਦੋਂ ਇਹ ਕਿਹਾ ਜਾਂਦਾ ਪੁਰਖਾ ਤੂੰ ਕੌਣ ਹੈ? ਇਹਦਾ ਮਤਲਬ ਬਾਲੇ ਨੂੰ ਗੁਰੂ ਅੰਗਦ ਦੇਵ ਜੀ ਪਛਾਣਦੇ ਨੀ। ਗੁਰੂ ਅੰਗਦ ਦੇਵ ਜੀ 7 ਸਾਲ ਮੁਕੰਮਲ 7 ਸਾਲ ਸਾਲ 8 ਸਾਲ ਕਹਿ ਲਓ, 7-8 ਸਾਲ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਚ 24 ਘੰਟੇ ਰਹਿੰਦੇ ਆ ਤੇ ਆਉਣ ਜਾਣ ਹੁੰਦਾ ਪਹਿਲਾਂ ਨੂੰ। ਇਹਦਾ ਮਤਲਬ ਗੁਰੂ ਅੰਗਦ ਦੇਵ ਜੀ ਨੂੰ 100% ਪਤਾ ਹੈਗਾ ਹੈ ਕਿ ਉਹਨਾਂ ਦਾ ਸਾਥੀ ਕੌਣ ਹੈ। ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਬਾਲਾ ਸੀ ਕਿ ਨਹੀਂ? ਤੇ ਜੇ ਬਾਲਾ ਸੁਣਦਾ ਉੱਤਰ ਨਹੀਂ ਲੈਣਗੇ ਤਾਂ ਇਹ ਗੱਲ ਪਲੀਜ਼ ਕਰੋ ਕਿ ਗੁਰੂ ਨਾਨਕ ਦੀ ਪਿਛਲੀ 10 ਵਰਿਆਂ ਦੀ ਉਮਰ ਹਾਂਜੀ ਜਿਹੜੀ ਕਰਤਾਰਪੁਰ ਠਹਿਰੇ, ਬਾਲੇ ਨੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਆਪਣੇ ਟਿਕਾਣੇ ਬਹਿ ਕੇ ਮੈਨੂੰ ਆ ਗਿਆ ਤੇ ਮੈਂ ਤਲਵੰਡੀ ਚਲਾ। ਭਾਈ ਬਾਲਾ ਤਲਵੰਡੀ ਚਲੇ ਗਏ, ਉਹ 10 ਸਾਲ ਦੇ ਪੀਰੀਅਡ ਦੇ ਵਿੱਚ ਭਾਈ ਲਹਿਣਾ ਜੀ ਆਉਂਦੇ ਨੇ ਜੋ ਗੁਰੂ ਅੰਗਦ ਬਣਦੇ ਨੇ, ਉਹਨਾਂ ਦਾ ਮਿਲਾਪ ਹੀ ਕੋਈ ਨਹੀਂ ਸੀ ਹੋਇਆ। ਲਿਆਓ ਕਿਹੜੀ ਹਿਸਟਰੀ ਲਿਖਿਆ, ਉਹਨਾਂ ਦਾ ਮਿਲਾਪ ਕਿੱਥੇ ਲਿਖਿਆ? ਕਿਉਂਕਿ ਜਿਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਨ ਲੱਗ ਪਏ ਸਨ, ਉਸ ਟਾਈਮ ਤੇ ਨਾ ਹੀ ਮਰਦਾਨਾ ਔਰ ਨਾ ਹੀ ਬਾਲਾ ਉਹਨਾਂ ਦੇ ਸੰਗੀ ਹੋਣਗੇ। ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਆਪਣੇ ਹੱਥੀ ਸੰਸਕਾਰ ਕਰਦੇ ਹਨ। ਕਿਹੜੀ ਜਗ੍ਹਾ ਤੇ ਜੀ? ਜਿੱਥੇ ਵੀ ਗੁਰੂ ਨਾਨਕ ਜਰੂਰੀ ਨਹੀਂ ਹੈ, ਕੋਈ ਬਾਤ ਨੀ, ਕਿਉਂਕਿ ਜਿਹੜਾ ਭਾਈ ਬਾਲੇ ਵਾਲੀ ਸਾਥੀ ਵਾਲਾ ਕਹਿੰਦਾ ਉਹ ਉਹਨੂੰ ਬਾਅਦ ਅਹਿਮ ਗੱਲ ਹੈ ਨਾ, ਆਪਾਂ ਇਹਨੂੰ ਦੇਖੋ ਇਹਨੂੰ ਜਿਹੜੀ ਅਹਿਮ ਗੱਲ ਸਰੋਤੇ ਬੈਠੇ ਆ ਇਸ ਵੇਲੇ ਤੁਹਾਨੂੰ ਰਿਹਾ ਸਾਨੂੰ ਜੀ, ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਅਨੁਸਾਰ ਆਪਾਂ ਮਸਲਾ ਹੱਲ ਕਰਨਾ ਹੈ ਮਾਸ ਵਾਲਾ, ਇਹਦੇ ਤੇ ਥੋੜਾ ਟਾਈਮ ਲਾਈਏ। ਹੁਣ ਮੈਂ ਇੱਕ ਗੱਲ ਪੁੱਛਦਾ ਹਾਂ, ਜਿਹੜੀ ਗੱਲ ਭਾਈ ਗੁਰਦਾਸ ਨੇ ਕਿਹਾ ਭਾਈ ਲਾਲੋ ਦਾ ਨਾਮ ਲਿਖਿਆ, ਤੁਸੀਂ ਭਾਈ ਲਾਲੋ ਨੂੰ ਮੰਨਦੇ ਹੋ ਵੀ ਸਿੱਖ ਸੀ? ਭਾਈ ਲਾਲੋ ਨੂੰ ਲਿਆਓ, ਭਾਈ ਗੁਰਦਾਸ ਦੀ ਬਾਰਾਂ ਚੁੱਕੋ, ਇਹਦੇ ਚ ਭਾਈ ਲਾਲੋ ਮੈਨੂੰ ਕੱਢ ਕੇ ਦਿਖਾਓ ਕਿੱਥੇ। ਕਿਆ ਉਹਨੂੰ ਮੰਨ ਲਈ ਵੀ ਸਿੱਖ ਨਹੀਂ ਸੀ? ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲਾਲੋ, ਭਾਈ ਲਾਲੋ ਸਿੱਖ ਨਹੀਂ ਸੀ? ਸੀ ਜੇ ਸਿੱਖ ਸੀ ਭਾਈ ਗੁਰਦਾਸ ਦੀ ਬਾਰਾਂ ਕਿਉਂ ਨਹੀਂ ਆਇਆ? ਸੁੰਦਰ ਜੀ ਇਹਨਾਂ ਦੇ ਇਹਨਾਂ ਦਾ ਤਾਂ ਨਾ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਨਹੀਂ ਗੁਰੂ ਗ੍ਰੰਥ ਸਾਹਿਬ ਹੋਇਆ, ਇਹ ਵੀ ਮਰਦਾਨੇ ਦਾ ਹੀ ਕੱਲਾ ਨਾਮ ਦਰਜ ਹੈ, ਬਾਲੇ ਦਾ ਨਹੀਂ, ਇਹਦੇ ਚ ਉਹਨਾਂ ਦਾ ਵੀ ਨਾਮ ਬਰੀਕੀ ਨਾਲ ਦੇਖੀਏ ਤੇ ਜਿੱਥੇ ਤੱਕ ਮੈਨੂੰ ਥੋੜੀ ਜਿਹੀ ਸਮਝ ਆਈ ਹੈ ਛੋਟੀ ਜਿਹੀ ਤੁਸ਼ ਬੁੱਧੀ ਦੇ ਨਾਲ, ਉਹਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੈਫਰੈਂਸ ਆ ਗਏ ਉਹ ਭਾਈ ਗੁਰਦਾਸ ਜੀ ਦੇ 12 ਦੇ ਵਿੱਚ ਨਹੀਂ ਮਿਲਣਗੇ, ਜਿਹੜੇ ਗੁਰੂ ਉਹਦੇ ਵਿੱਚ ਰੈਫਰੈਂਸ ਨਹੀਂ ਸੀ ਉਹ ਭਾਈ ਗੁਰਦਾਸ ਜੀ ਨੇ ਆਪਣੇ 12 ਦੇ ਵਿੱਚ ਰੱਖੇ। ਠੀਕ ਹੈ, ਫਿਰ ਜਿਹੜੇ ਬਾਕੀ ਦੇ ਸਿੱਖਾਂ ਦੇ ਕਈ ਨਾਮ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਤੇ ਇੱਧਰ ਵੀ ਹੈ ਤੇ ਉਹਨਾਂ ਨੂੰ ਕੀ ਕਹਾਂਗੇ? ਨਹੀਂ ਠੀਕ ਹੈ, ਕੋਈ ਜ਼ਰੂਰੀ ਨਹੀਂ ਹੈਗੇ, ਦੇਖੋ ਸਿੱਖ ਮੰਨਣਗੇ ਨਹੀਂ ਕਿ ਸਿੱਖ ਤਾਂ ਗੁਰੂ ਨਾਨਕ ਦੇ ਜ਼ਿੰਦਗੀ ਚ 13 ਹੀ ਸਿੱਖ ਸੀ, 13 ਦੀ ਲਿਸਟ ਹੈ? ਨਹੀਂ ਭਾਈ ਸਾਹਿਬ ਕੋਈ ਸਿੱਖ, ਦੇਖੋ ਖਾਸ ਖਾਸ ਸਿੱਖਾਂ ਦੀ ਲਿਸਟ ਹੈ। ਹਾਂ, ਹਿਸਟਰੀ ਦੇ ਵਿੱਚ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਖਾਸ ਆਮ ਨਹੀਂ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ, ਪੁੱਤਾਂ, ਭਾਈਆਂ ਇੱਕੋ ਜੀ ਦ੍ਰਿਸ਼ਟੀ ਹੈ, ਨਹੀਂ ਸਤਿਗੁਰੂ ਦੀ ਸਮ ਦ੍ਰਿਸ਼ਟ ਹੈ। ਅਸੀਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ,
ਤੇ ਅਸੀਂ ਜਿਹੜੀ ਵਿਚਾਰ ਤੋਰੀ ਸੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਘੁਮਾਣੇ, ਪਰ ਅਸੀਂ ਗੁਰਦਾਸ ਦੀਆਂ ਵਾਰਾਂ ਇਨਕਲੂਡ ਕੀਤੀਆਂ ਕਿਉਂਕਿ ਇਹਦੀ ਬੜੀ ਮਹਾਨਤਾ। ਪਰ ਜਿਹੜੇ ਜਿੱਦਾਂ ਭਾਈ ਸਾਹਿਬ ਨੇ ਸਵਾਲ ਪੁੱਛਿਆ ਵੀ ਜਿਹੜੇ ਬਾਕੀ ਆ ਸਿੱਖ ਸਿੱਖ ਨਹੀਂ ਹੈ, ਦੇਖੋ ਇਤਿਹਾਸ ਬਹੁਤ ਸਾਈਡਾਂ ਤੇ ਪਿਆ ਜਿਹਨੂੰ ਅਸੀਂ ਡਿਸਕਸ ਨਹੀਂ ਕੀਤਾ, ਨਾ ਅਸੀਂ ਇਹਦੇ ਵਿੱਚ ਇਨਵੋਲਵ ਕਰ ਰਹੇ ਹਾਂ। ਇਸ ਕਰਕੇ ਹਰ ਇੱਕ ਨਾਂ ਜਿਹੜੇ ਆਉਂਦੇ ਨੇ ਕਿਤੇ ਨਾ ਕਿਤੇ ਸੋਰਸ ਦੇ ਵਿੱਚ ਹੈਗੇ। ਕੌਣ ਐਸਾ ਇਹ ਮਤਲਬ ਕਹਿ ਦੇਣਾ ਵੀ ਅਸੀਂ ਇਤਿਹਾਸ ਨੂੰ ਸਟੱਡੀ ਨਹੀਂ ਕੀਤਾ, ਇਹ ਤਾਂ ਪ੍ਰਸ਼ਨ ਦਾ ਤੁਹਾਡੇ ਦਾ ਉੱਤਰ ਸਟੱਡੀ ਕਰ ਰਹੇ ਹੋ। ਮੈਂ ਭਾਈ ਸਾਹਿਬ ਜੀ ਇਹ ਨਹੀਂ ਕਿਹਾ, ਮੈਂ ਇਹ ਕਿਹਾ ਕਿ ਅੱਜ ਦੀ ਜਿਹੜੀ ਸਾਡੀ ਡਿਸਕਸ਼ਨ ਹੈ ਉਹਦੇ ਵਿੱਚ ਅਸੀਂ ਇਤਿਹਾਸ ਇਨਵੋਲਵ ਨਹੀਂ। ਲਓ ਜੀ, ਕੌਣ ਐਸਾ ਸੰਤ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ, ਇਹ ਤੁਹਾਡਾ ਸਵਾਲ ਹੈ ਜੀ। ਮੈਂ ਗੁਰਬਾਣੀ ਦੇ ਦੋ ਸਲੋਕ ਲਿਖੇ ਆ ਜੀ। ਹਾਂਜੀ, ਵੀ ਕੋਈ ਸੰਤ ਐਸਾ ਹੈਗਾ ਜਿਹੜਾ ਇਹਨਾਂ ਡੈਫੀਨੇਸ਼ਨ ਤੇ ਇਹਨਾਂ ਪਰਿਭਾਸ਼ਾ ਤੇ ਪੂਰਾ ਉਤਰ ਸਕਦਾ? ਓਕੇ ਜੀ, ਮੈਂ ਉਹ ਨਹੀਂ ਕਿਹਾ ਹੈਗਾ ਜਿਹੜੀ ਤੁਸੀਂ ਜਿਸ ਸੰਤ ਦੀ ਪੜ੍ਹੀ। ਮੈਂ ਹੁਣ ਆਪ ਜੀ ਨੂੰ ਪੁੱਛੂਗਾ ਤੇ ਇਕੱਠੇ ਕਹਾਂ, ਇਕੱਠੇ ਨਾਂ ਦੱਸਦੇ ਹਾਂ, ਉਦੋਂ ਬਾਅਦ ਤੁਸੀਂ ਇਕੱਠਾ ਉਤਰ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲਿਆਂ ਬਾਰੇ ਤੁਹਾਡੇ ਕੀ ਵਿਚਾਰ ਹਨ, ਇਹ ਮੈਂ ਤੁਹਾਡੇ ਕੋਲ ਇਹ ਪੁੱਛਣਾ। ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋ ਵਾਲੀਏ, ਇਹ ਮਹਾਂਪੁਰਸ਼ ਹੋਤੀ ਮਰਦਾਨ ਸੰਪਦਾ ਦੇ ਸੰਤ ਬਾਬਾ ਕਰਨ ਸਿੰਘ ਜੀ, ਇਹ ਸਿੱਖ ਜਗਤ ਦੇ ਮਹਾਂਪੁਰਸ਼ਾਂ ਨੂੰ ਤੁਸੀਂ ਕੀ ਸਮਝਦੇ, ਤੁਹਾਡੀ ਦ੍ਰਿਸ਼ਟੀ ਚ ਕੀ ਨੇ? ਮੈਂ ਪੁੱਛਣਾ। ਇੱਕ ਮਿੰਟ, ਮੈਂ ਇਹਦੇ ਤੇ ਪਹਿਲਾਂ ਥੋੜਾ ਜਿਹਾ ਇੱਕ ਮਿੰਟ ਲਵਾਂਗਾ। ਜਿਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਪਿਛਲੇ ਹਫਤੇ ਵੀ ਵਿਚਾਰ ਕੀਤੀ ਸੀ ਕਿ 1900 ਤੋਂ ਬਾਅਦ ਜਿਹੜਾ ਸੰਤ ਸਿੱਖ ਕੌਮ ਦੇ ਵਿੱਚ ਸ਼ਬਦ ਜਿਹੜੇ ਸਿੱਖ, ਹਾਂਜੀ, ਸਿੱਖਾਂ ਦੇ ਵਿੱਚ ਲੱਗਿਆ, ਸਭ ਤੋਂ ਪਹਿਲਾਂ ਉਹ ਜਿਹੜੇ ਸਾਡੇ ਸਿੱਖ ਹੋਏ ਨੇ ਉਹ ਬਾਬਾ ਅਤਰ ਸਿੰਘ, ਉਹਨਾਂ ਦੇ ਨਾਂ ਦੇ ਨਾਲ ਸੰਤ ਲੱਗਾ। ਉਸ ਤੋਂ ਪਹਿਲਾਂ ਸੰਤ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੇ ਲੈ ਕੇ, ਹਾਂਜੀ, ਬਾਬਾ ਤੇ ਭਾਈ ਗਿਆ ਤੇ ਇਹ ਸੰਤ ਇੱਥੋਂ ਲੱਗ ਸ਼ੁਰੂ ਹੁੰਦਾ ਤੇ ਹੁਣ ਤੁਸੀਂ ਇਹ ਸੰਤਾਂ ਦਾ ਜਿਹੜਾ ਅੱਜ ਜਿਹੜਾ ਸਾਡੇ ਵਿੱਚ ਸੰਤ ਸਮਾਜ ਹੋਇਆ, ਸੰਤ ਜਿਹੜੇ ਮਤਲਬ ਹਰ ਪਿੰਡ ਦੇ ਵਿੱਚ ਅਸੀਂ ਸੰਤ ਦੇਖਣ ਨੂੰ ਮਿਲਦੇ। ਉੱਤਰ ਸੋਤਾ ਜੀ, ਮੈਂ ਹਾਂਜੀ ਤੁਹਾਡਾ, ਕਿਉਂਕਿ ਤੁਸੀਂ ਪ੍ਰਸ਼ਨ ਕੀਤਾ ਹੈ ਸਰਦਾਰ ਸਾਹਿਬ ਨੇ, ਚਲੋ ਹੈ ਭਾਵੇਂ ਕੋਈ ਥੋੜਾ ਜਵਾਬ ਵੀ। ਸੂਰਜ ਪ੍ਰਕਾਸ਼ ਇਹ ਕਿਹੜੇ ਸੰਤ ਦੇ ਵਿੱਚ ਲਿਖਿਆ ਗਿਆ, ਇਹਨੂੰ ਕਦਮ ਮੰਨਦੇ? ਇਹ ਜਿਹੜਾ ਸੰਤ ਤੁਸੀਂ ਦੱਸਿਆ ਵੀ ਉਦੋਂ ਤੋਂ ਸੰਤ ਕਹਿਣ ਦਾ ਰਿਵਾਜ ਚੱਲਿਆ, ਗੁਰਪ੍ਰਤਾਪ ਸੂਰੀ ਗ੍ਰੰਥ ਤੋਂ ਪਹਿਲਾਂ ਲਿਖਿਆ ਗਿਆ। ਹੁਣ ਭਾਈ ਰਾਮ ਕੌਰ ਜੀ ਅੰਮ੍ਰਿਤ ਸੰਚਾਰ ਹੁੰਦੇ ਨੂੰ ਵੇਖ ਕੇ ਉੱਥੇ ਜੋ ਜਿਸ ਤਰੀਕੇ ਦਾ ਵਾਤਾਵਰਨ ਹੈ ਚਿੜੀਆਂ ਤੋਂ ਆਵਾਜ਼ ਤਰਾਉਣ ਦੀ ਜਾਂ ਅੰਮ੍ਰਿਤ ਦੀ ਸ਼ਕਤੀ ਜੋ ਉਹਨੇ ਦੇਖੀ, ਜੋ ਇਤਿਹਾਸ ਲਿਖਿਆ, ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਨੇ, ਰਾਮ ਕੌਰ ਕਹਿ ਸੰਤੋ ਸੁਣੀਐ, ਉਹ ਸੰਤ ਕੀ ਨੂੰ ਕਹਿੰਦੇ ਸੀ? ਰਾਮ ਕੌਰ ਜੀ ਸੰਤ ਦਾ ਪਦ ਚੱਲੇ, ਬਹੁ ਵਚਨ ਸੰਤੋ ਆਇਆ ਜੀ, ਜਿਹੜੇ ਬੰਦੇ ਸੱਚ ਦੀ ਵਿਚਾਰ ਕਰ ਰਹੇ ਉਹਨਾਂ ਵਾਸਤੇ ਆਇਆ ਹੈ, ਸੰਤਾਂ ਵਾਸਤੇ ਨਹੀਂ ਆਇਆ, ਇੱਕ ਇੰਡੀਵਿਜੁਅਲ ਸਿੰਗੂਲਰ ਨਹੀਂ, ਸਿੰਗੂਲਰ ਨਹੀਂ ਹੈ ਇਹ ਬਹੁਤ। ਭਾਈ ਗੁਰਦਾਸ ਸਾਹਿਬ ਜੀ ਉਹ ਕਹਿੰਦੇ ਨੇ, ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਕਹੋਗੇ ਤੁਸੀਂ ਕਹੋ ਨਾ, ਨਹੀਂ ਭਾਈ ਸਾਹਿਬ ਮੰਨਦੇ ਨੇ ਵੀ ਜਿੰਨੇ ਗੁਰਸਿੱਖ ਨੇ ਉਹ ਸੰਤ ਨੂੰ ਸਾਰੇ। ਤੀਰਥ ਨਾਤੇ ਪਾਪ ਜਾਣ ਪਤਤ ਉਧਾਰਨ, ਨੌਂ ਧਰ ਆਇਆ ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ, ਸਾਧ ਹੋਏ ਮਨ ਸਾਧ ਕੇ ਚਰਨ ਕਮਲ ਗੁਰ ਚਿੱਤ ਵਸਾਇਆ, ਉਪਮਾ ਸਾਧ ਅਗਾਧ ਬੋਧ ਕੋਟ ਮਧੇ ਕੋਈ ਸਾਧ ਸੁਣਾ ਕਹਾਇਆ ਸੁਣਾਇਆ, ਗੁਰਸਿੱਖ ਸਾਧ ਅਸੰਖ ਜਗ, ਅਸੰਖ ਦਾ ਅਰਥ ਹੈ ਜਿਹਦੀ ਗਿਣਤੀ ਨਾ ਹੋ ਸਕੇ। ਸਿਰਫ ਲੋਕ ਜਿਹਨਾਂ ਦੇ ਕੱਪੜੇ ਸੰਤਾਂ ਵਰਗੇ ਹੁੰਦੇ ਨੇ ਸੰਤ ਕਹਿਣ ਲੱਗ ਜਾਂਦੇ ਨੇ, ਜਿਹਨਾਂ ਦੇ ਤੁਹਾਡੇ ਵਰਗੇ ਹੁੰਦੇ ਨੇ ਉਹਨਾਂ ਨੂੰ ਸੰਤ ਨਹੀਂ ਕਹਿੰਦੇ, ਪਰ ਭਾਈ ਗੁਰਦਾਸ ਕਹਿੰਦੇ ਸਾਰੇ ਗੁਰਸਿੱਖ ਸੰਤ ਨੇ। ਆਹ ਚੱਕੋ ਮਹਾਨ ਕੋਈ ਸੰਤ ਦੀ ਚੁੱਕੋ ਪਰਿਭਾਸ਼ਾ, ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇ ਸਿੱਖ ਦੀ ਸੰਗਿਆ ਸੰਤ ਹੈ, ਭਾਈ ਕਾਇਆ ਸਾਹਿਬ ਦੀ ਗੱਲ ਹੋ ਗਈ, ਇਤਿਹਾਸ ਤੋਂ ਲੈ ਕੇ ਗੁਰੂ ਸਾਹਿਬ ਦੇ ਟਾਈਮ ਤੋਂ ਲੈ ਕੇ ਭਾਈ ਅਤਰ ਸਿੰਘ ਜੀ ਦੇ ਟਾਈਮ ਤੱਕ ਜਿਹੜਾ ਸੰਤ ਲਫ਼ਜ਼ ਤੇ ਦੂਜਾ ਉਹਦੇ ਨਾਲ ਹੀ, ਕਿਉਂਕਿ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਾਈ ਗੁਰਦਾਸ ਦੀਆਂ ਵਾਰਾਂ ਚ ਕਿਤੇ ਨੀ ਆਉਂਦਾ ਤੇ ਮਨੁੱਖ ਦੇ ਨਾਲ ਨਾਲ ਸੰਤ ਆਪਾਂ ਲਾ ਸਕਦੇ। ਹੁਣ ਤੁਸੀਂ ਇਹ ਦੱਸੋ, ਉਦਾਂ ਠੀਕ ਹੈ ਤੁਹਾਡੀ ਗੱਲ, ਬਿਲਕੁਲ ਤੁਸੀਂ ਜਾਇਜ਼ ਕੀਤੀ ਹੈ ਕਿ ਗੁਰਸਿੱਖ ਜਿਹੜੇ ਉਹਨਾਂ ਤੁਹਾਡਾ ਬ੍ਰਹਮ ਹੈ ਸੰਤ ਦਾ ਜੀ, ਤੁਹਾਡਾ ਜਿਹੜਾ ਸਵਾਲ ਹੈ ਜਿਸ ਭਾਵਨਾ ਦੇ ਨਾਲ ਉਹਦੇ ਵਿੱਚ ਕੁਝ ਥੋੜੀ ਜੀ ਜਿਹਨੂੰ ਕਹਿੰਦੇ ਆਸਤਿਕ ਭਾਵਨਾ ਵੀ ਝਲਕ ਮਾਰਦੀ ਹੈ, ਮੈਂ ਇਹਦਾ ਉੱਤਰ ਅਣਜਾਣ ਬੰਦਾ ਜੀ, ਅਣਜਾਣ ਨਹੀਂ, ਤੁਹਾਡਾ ਸਵਾਲ ਵਿੱਚ ਭਾਵਨਾ ਵਾਲੀ। ਗੁਰੂ ਨਾਨਕ ਦੀ ਬਾਣੀ ਸਾਰੀ ਪੜ੍ਹ ਕੇ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਵੀ ਸੰਤ ਪਦ ਕਿੰਨੀ ਵਾਰ ਕਿਹਨੂੰ ਆਇਆ। ਪੂਰਾ ਗੁਰ ਅੱਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਗੁਰੂ ਆਪਣੀ ਅੰਮ੍ਰਿਤ ਦ੍ਰਿਸ਼ਟੀ ਜਿਹਦੇ ਵੱਲ ਦੇਖਦਾ ਉਹ ਸੰਤ ਬਣ ਜਾਂਦਾ ਹੈ। ਇੱਕ ਗੁਰੂ ਅਰਜਨ ਸਾਹਿਬ ਜੀ ਨੂੰ ਮਾਤਾ ਭਾਨੀ ਜੀ ਨੇ ਅਸੀਸ ਦਿੱਤੀ, ਬੇਟਾ ਤੂੰ ਸੋਢ ਵੰਸ਼ ਦੀ ਰੱਖ ਵਿਖਾਈ, ਪਿਤਾ ਦੀ ਆਗਿਆ ਮੰਨ ਕੇ ਮੈਂ ਤੈਨੂੰ ਅਸੀਸ ਦੇਣੀ ਆ। ਗੁਰਤਾ ਗੱਦੀ ਤੇ ਬਹਿ ਕੇ ਆਪਣੀ ਮਾਤਾ ਦੀ ਅਸੀਸ ਨੂੰ ਕਲਮ ਚੁੱਕਦੇ ਨੇ, ਰੱਬੀ ਬਾਣੀ ਚਦਾਰੇ ਕਰਦੇ ਨੇ,
ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਦੋ ਪਦ ਇਕੱਠੇ ਆਉਣਗੇ, ਇੱਕ ਸਤਿਗੁਰੂ ਇੱਕ ਸੰਤ, ਗੌਰ ਰੱਖਣੀ ਉਹਦੀ। ਸਦਾ ਸਾਹਿਬ ਤੁਸੀਂ ਵੀ ਥੋੜ੍ਹਾ ਧਿਆਨ। ਅਗਲੀ ਤੁਕਵੇ, ਸਤਿਗੁਰ ਤੁਮਕੋ ਹੋਏ ਦਯਾਲਾ, ਤੇਰਾ ਗੁਰੂ ਤੇਰੇ ਤੋਂ ਦਿਆਲੂ ਰਹੇ ਪੁੱਤਰ, ਸੰਤ ਸੰਗ ਤੇਰੀ ਪ੍ਰੀਤ। ਦੱਸੋ ਸੰਤ ਜੇ ਹੈ ਹੀ ਨਹੀਂ ਸੀ, ਆਹ ਸੰਤ ਕਿਉਂ ਲਿਖ ਦਿੱਤਾ ਗੁਰਬਾਣੀ ਚ? ਮੈਂ ਤੁਹਾਨੂੰ ਇਹਦੇ ਬਾਰੇ ਇੱਕ ਸਵਾਲ ਕਰ ਸਕਦਾ? ਜਿੰਨੀ ਮਰਜ਼ੀ ਕਰੋ। ਹਾਂਜੀ, ਇਹ ਸਲੋਕ ਤੁਸੀਂ ਪਰੇ ਮਾਸ ਵਾਲੀ ਜਿਹੜੀ ਆ ਉਹਦੇ ਲਈ ਛੱਡ ਲਓ, ਮਾਸ ਤੇ ਕਾਫੀ ਬਾਰ ਬਾਰ ਸਵਾਲ ਆਉਂਦੇ ਰਹਿੰਦੇ ਆ, ਟਾਈਮ ਠੀਕ ਹੈ, ਜਿਹੜੀ ਗੱਲ ਠੀਕ ਆ ਆਪਾਂ ਮੰਨਦੇ ਹੋ, ਅੱਗੇ ਟਾਈਮ ਘਟਦਾ ਤਾਂ ਮਾਸ ਵਾਲੀ ਗੱਲ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਵੀ ਇਹਦਾ ਕੋਈ ਸਬੂਤ ਹੈ ਕਿ ਇਹ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਦੀ ਮਾਤਾ ਜੀ ਬਚਨ ਕਹਿ ਰਹੇ? ਇੱਕ ਮਿੰਟ ਜੀ, ਸਵਾਲ ਜਿਹੜੀ ਮਾਤਾ ਦੀ ਤੁਸੀਂ ਦੱਸੋ ਮਾਂ ਕਿਹੜੀ ਹੈ? ਤੂੰ ਹੈ ਮੇਰਾ ਮਾਤਾ, ਤੂੰ ਹੈ ਮੇਰਾ ਪਿਤਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਲੋਕ ਆਉਂਦਾ ਹੈ ਗੁਰੂ ਅਰਜਨ ਦੇਵ ਜੀ, ਇਹ ਰੱਬ ਜੀ। ਇੱਕ ਮਿੰਟ ਬਾਬਾ ਜੀ, ਬਾਣੀ ਬਹੁਤ ਸਮੇਂ ਤੇ ਰਚਨਾ ਕੀਤੀ ਗਈ ਹੈ ਜਦੋਂ ਕੋਈ ਦੁਬਧਾ ਆਉਂਦੀ ਸੀਗੀ। ਜੇਕਰ ਤੁਸੀਂ ਵੇਖੋ ਜਿਸ ਟਾਈਮ ਤੇ ਛੇਵੇਂ ਪਾਤਸ਼ਾਹ ਜੀ ਦਾ ਬਚਾਅ ਹੋਇਆ ਸੀ ਉਸ ਟਾਈਮ ਤੇ ਜਦੋਂ ਉਹਨਾਂ ਨੂੰ ਬੁਖਾਰ ਚੜਿਆ ਸੀਗਾ, ਮੈਂ ਬਾਬਾ ਜੀ ਨੂੰ ਕਹੂੰਗਾ ਕਿ ਉਹ ਵੀ ਪੜ੍ਹ ਦਿੱਤਾ ਜਾਵੇ ਬਹੁਤ ਵਾਰੀ। ਬਾਬਾ ਜੀ, ਭਾਜੀ ਇੱਕ ਮਿੰਟ, ਬਹੁਤ ਵਾਰੀ ਗੁਰਬਾਣੀ ਦੀ ਰਚਨਾ ਉਦੋਂ ਹੋਈ ਹੈ ਜਦੋਂ ਗੁਰੂ ਸਾਹਿਬਾਂ ਨੇ ਹਾਲਾਤ ਵੇਖ ਕੇ ਉਹਦੀ ਫਿਰ ਰਚਨਾ ਕੀਤੀ ਆ। ਜਿੱਦਾਂ ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਜਦੋਂ ਬਾਬਰ ਨੇ ਹਮਲਾ ਕੀਤਾ ਉਸ ਟਾਈਮ ਦਾ ਵੀ ਹਵਾਲਾ ਆਉਂਦਾ। ਸੋ ਹਾਲਾਤ, ਇੱਕ ਮਿੰਟ ਜੀ, ਹਾਲਾਤਾਂ ਨੂੰ ਵੇਖ ਕੇ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਸੀਗੀ ਜੀ। ਇਸ ਕਰਕੇ ਇਹਦੇ ਵਿੱਚ ਕੋਈ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਮਾਤਾ ਜੀ ਦੇ ਕਹਿਣ ਤੇ ਨਹੀਂ ਹੋਇਆ। ਅਰਥ ਠੀਕ ਹੈ, ਆਪਣੇ ਸਲੋਕ ਹੈ, ਤੂੰ ਹੈ ਮੇਰਾ ਮਾਤਾ, ਤੂੰ ਹੈ ਮੇਰਾ ਪਰਮਾਤਮਾ ਨੂੰ ਕਿਹਾ ਜੀ, ਉਹਨਾਂ ਦੀ ਗੱਲ ਹੈ, ਨਾ ਕਿ ਕਿਸੇ ਹੋਰ ਬੰਦੇ ਦੀ ਸੀਸ ਨਹੀਂ ਆਈ ਜੀ। ਨਹੀਂ ਜੀ, ਉਹ ਪਰਮਾਤਮਾ ਨੂੰ ਕਿਹਾ ਗਿਆ ਇਸ ਟਾਈਮ ਤੇ। ਇਹਦਾ ਹੱਲ ਕੱਢ ਲਓ, ਮੁਕਾਬਲੇ ਫਰੀਦਕੋਟ ਵਾਲੇ ਟੀਕੇ ਮੰਗਾਓ ਜੀ, ਦੇਰ ਕਰੀਏ ਜੀ, ਦੇਰ ਲੱਗੋ। ਸਿੱਖਾਂ ਵਿੱਚ ਕਈ ਵਾਰੀ ਇਤਿਹਾਸ ਵਿੱਚ ਪੰਕਤੀਆਂ ਹੋਈਆਂ ਨੇ ਸਿੱਖਾਂ ਵਾਲੀ ਸਾਧ ਪਦ ਆਇਆ। ਅੱਛਾ, ਫਿਰ ਜਲਣ ਵਾਲੇ ਕਿਹਾ ਛੇਵੇਂ ਪਾਤਸ਼ਾਹ, ਉਹ ਜਲਣ ਤੋਂ ਸਾਧ ਮਹਾਨਾ ਕਿਉਂ ਕਿਹਾ? ਇਹ ਤਾਂ ਦੇਖੋ ਗੱਲ ਸਬੂਤ ਰਸੋਤ ਹੈ ਜਿਹਦੇ ਆਪਾਂ ਮੁੱਕਰ ਨਹੀਂ ਸਕਦੇ ਨਾ। ਅੱਗੇ ਚਲੋ ਓਕੇ, ਤੁਸੀਂ ਇੱਕ ਜੀ, ਅਨਾਜ ਤੇ ਪਾਣੀ ਵਿੱਚ ਵੀ ਜੀ ਹਨ, ਕੀ ਇਹ ਪਾਪ ਨਹੀਂ ਹੈ ਜੀ? ਇਹ ਤੋਂ ਪਹਿਲਾਂ ਰਹਿ ਗਿਆ। ਓਕੇ ਜੀ, ਆਦਮ ਨੂੰ ਕੱਚਾ ਮਾਸ ਖਾਂਦਾ ਸੀ। ਓਕੇ, ਲਓ ਜੀ, ਆਦਮੀ ਦੇ ਦੰਦਾਂ ਦੀ ਬਣਤਰ ਬਘਿਆੜ ਬਿੱਲੀ, ਆਦਮੀ ਇੱਥੇ ਹਾਂਜੀ, ਆਦਮੀ ਦੇ ਦੰਦਾਂ ਦੀ ਬਣਤਰ ਬਘਿਆੜ ਬਿੱਲੀ ਆਦਿ ਮਾਸ ਖੋਰੇ ਜਾਨਵਰਾਂ ਵਰਗੀ ਹੈ, ਇਹ ਤੁਸੀਂ ਕਿਹਾ ਸਰ? ਜੀ, ਮੇਰਾ ਸਵਾਲ, ਤੁਸੀਂ ਚੰਗੀ ਤਰ੍ਹਾਂ ਦੇਖਿਆ ਇਹਨਾਂ ਜਾਨਵਰਾਂ ਨੂੰ ਜੀ? ਹਾਂਜੀ, ਉਹਨਾਂ ਦੇ ਦੰਦ ਬੰਦੇ ਵਰਗੀ? ਹਾਂਜੀ, ਉਹਨਾਂ ਨੂੰ ਕਦੇ ਪਾਣੀ ਪੀਂਦਿਆਂ ਦੇਖਿਆ? ਮੈਂ ਕਿਹਾ ਸ਼ੇਰ ਦੇ ਕੋਲ ਕਦੇ ਖੜਿਆ ਨਹੀਂ। ਅੱਛਾ ਚਲੋ ਕੋਈ ਨੀ, ਤੁਸੀਂ ਕੁੱਤੇ ਦੇ ਕੋਲ ਖੜੋ, ਬਿੱਲੀ ਕੋਲ ਖੜੋ, ਬਿੱਲੀ ਕੋਲ ਖੜ ਸਕਦੇ ਹੋ, ਬਿੱਲੀ ਕੋਲ ਖੜ ਜਾਓਗੇ, ਬਿੱਲੀ ਕੋਲ ਖੜ, ਕੋਈ ਸ਼ੇਰ ਕੋਲ ਖੜਨਾ, ਦੇਖੋ ਸ਼ੇਰ ਦਾ ਸ਼ਿਕਾਰ ਕਰਨਾ ਉਹ ਛੋਟੇ ਜਾਨਵਰ ਬਾਰੇ ਜਾ ਸਕਦੇ, ਬੜੀ ਔਖੀ ਗੱਲ ਹੈ ਸ਼ੇਰ ਨੂੰ ਪਾਉਣ ਬਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਬੜੀ ਔਖੀ ਗੱਲ। ਤੁਸੀਂ ਇਹ ਦੇਖਿਓ ਜਾਨਵਰਾਂ ਵਿੱਚ ਚਾਰ ਦੇਖੋ ਖਾਣੀਆਂ ਨੂੰ ਮੈਂ ਗੱਲ ਕਰਨੀ ਚਾਹੁੰਦਾ, ਅੰਡਜ, ਜੇਰਜ, ਸੇਤਜ, ਉਤਪਜ, ਠੀਕ ਹੈ ਨਾ? ਸਿੱਖ ਧਰਮ ਦਾ ਸਿਧਾਂਤ ਨਹੀਂ ਹੈ ਕਿਉਂ ਜੀ? ਗੁਰਬਾਣੀ ਖਾਣੀ ਕੀਤੀ ਆ, ਬਾਣੀ ਕਿਤੇ ਪੱਖ ਨੇ ਰਹਿੰਦੇ, ਇਹਦਾ ਕੀ ਕਰੋਗੇ? ਇਹ ਤਾਂ ਕਿੰਨੇ ਮੁਲਕ ਨੇ ਜਿਹਨਾਂ ਵਿੱਚ ਖਾਣੀਆਂ ਨੇ, ਉਹਨਾਂ ਦੀ ਗੱਲ ਹੈ, ਕਿਤੇ ਮੁਲਕ ਦੀ ਗੱਲ ਨਹੀਂ ਹੈ। ਇਹ ਜਿਹੜੀਆਂ ਚਾਰ ਬਾਣੀਆਂ ਖਾਣੀਆਂ ਦੀ ਤੇ ਬਾਣੀਆਂ ਦੀ, ਚੱਲ ਇਹ ਹਿੰਦੂ ਲੱਖ ਅਗਾਸਾਂ ਆਪਣੀ ਗੱਲ ਕਰਦੇ, ਉਹ ਕਹਿੰਦੇ ਕਿਤੇ ਆ ਖਾਣੀ ਕੀਤੀ ਆ, ਬਾਣੀ ਕਿਤੇ ਪੱਖ ਨੇ ਰਹਿੰਦੇ। ਜਪਜੀ ਸਾਹਿਬ ਦੀ ਮੈਂ ਪੰਕਤੀ ਤੁਹਾਨੂੰ ਦੇ ਗਿਆ, ਖਾਣੀਆਂ ਤੁਸੀਂ ਇਹ ਕਹੋ ਕਿ ਚਾਰ ਹੀ ਬਾਣੀਆਂ, ਚਾਰ ਹੀ ਖਾਣੀਆਂ, ਤਾਂ ਇਹ ਹਿੰਦੂ ਮਤ ਦੱਸਣਾ? ਚਲੋ ਤੁਸੀਂ ਨਾ ਮੰਨੋ, ਇੱਕ ਮਿੰਟ ਗੱਲ ਸੁਣੋ, ਤੁਸੀਂ ਇਹ ਗੱਲ ਲੈ ਲਓ, ਮਾਨ ਕੋਹ ਚੋਂ ਕੱਢ ਵੀ ਕਹਿ ਖਾਣੀਆਂ, ਤੂੰ ਇਹਨੇ ਇਹ ਗੱਲ ਕੱਢ ਦਿੱਤੀ, ਉਹੀ ਰੈਫਰੈਂਸ ਦਿੱਤਾ ਹੋਇਆ ਹਿੰਦੂ ਮਤ ਵਾਲਾ, ਇਹਦਾ ਮਤਲਬ ਸੰਘ ਨਾਭਾ ਵੀ ਹਿੰਦੂ ਹੈ ਤੁਹਾਡੀ ਨਜ਼ਰਾਂ ਚ? ਉਹਨਾਂ ਨੇ ਇਹ ਜਿਹੜੀ ਥੋਤੋਂ ਵਿਰੁੱਧ ਜਾਂਦੀ ਗੱਲ ਉਹ ਤੁਸੀਂ ਮੰਨਣ ਨੂੰ ਤਿਆਰ? ਇੱਥੇ ਚਾਰ ਖਾਣੀਆਂ ਦੀ ਗੱਲ ਆਉਂਦੀ, ਉਹਨਾਂ ਨੇ ਚਾਰ ਖਾਣੀਆਂ ਦਾ ਵਰਣਨ ਕੀਤਾ, ਹਿੰਦੂ ਮਤ ਮੰਨਦਾ? ਦੇਖੋ, ਸਿੱਖ ਧਰਮ ਨਹੀਂ ਮੰਨਦਾ ਗੁਰਬਖਸ਼ ਸਰਦਾਰ ਜੀ? ਅੱਜ ਸਾਇੰਸ ਇਹ ਮੰਨਦੀ ਹੈ 6 ਤਰੀਕਿਆਂ ਨਾਲ ਜੀਵ ਪੈਦਾ ਹੋ ਰਿਹਾ,
ਫਿਰ ਗੁਰੂ ਸਾਹਿਬ ਦੀ ਬਾਣੀ ਆ ਕੇ ਗਲਤ ਹੋ ਗਈ ਇੱਥੇ ਤੁਸੀਂ ਦੱਸੋ ਬਾਣੀ ਨੀ ਯਾਦ ਛੇ ਮੈਂ ਤੁਹਾਨੂੰ ਨੈਕਸਟ ਟਾਈਮ ਆਪਾਂ ਨਹੀਂ ਫਿਰ ਤੁਸੀਂ ਕਹਿਣਾ ਨਹੀਂ ਸੀ ਮੈਂ ਅਖਬਾਰ ਵੀ ਲੈ ਕੇ ਮੈਂ ਅਖਬਾਰ ਅੱਜ ਹੀ ਟਾਈਮ ਹੈ ਗੱਲ ਅੱਜ ਨੀ ਬਣਨੀ ਗੱਲ ਸਰਦਾਰ ਸਾਹਿਬ ਗੱਲ ਇਹ ਜੇ ਤੁਹਾਡੇ ਯਾਦ ਨਹੀਂ ਸੀ ਤੁਸੀਂ ਗੱਲ ਹੀ ਨਹੀਂ ਸੀ ਕਰਨੀ ਮੈਂ ਮੈਨੂੰ ਪਤਾ ਹੈਗਾ ਇਸ ਗੱਲ ਦਾ ਮੈਂ ਪੜ੍ਹ ਨਹੀਂ ਤੁਹਾਡੇ ਪਤੇ ਨੂੰ ਨਹੀਂ ਅਸੀਂ ਕੋਈ ਵੀ ਅਸੀਂ ਚਾਹੁੰਦੇ ਹਾਂ ਜਿਹੜੀ ਗੱਲ ਤੁਸੀਂ ਕਰਦੇ ਹੋ ਅੱਗੇ ਸਬੂਤਾਂ ਦੇ ਆਧਾਰ ਅੱਗੇ ਜਿਹੜੀ ਮੈਂ ਗੁਰਨਾਨ ਸਾਹਿਬ ਆਪਣੀਆਂ ਖਾਣੀਆਂ ਆਪਣੀ ਮਤ ਦੀ ਗੱਲ ਕਰਦੇ ਹੋ ਗੱਲ ਨੂੰ ਖਾਣੀ ਕੀਤੀਆਂ ਬਾਣੀ ਕਿਹਦੇ ਪਾਸੇ ਨੇ ਚਲੋ ਇਹਦਾ ਮੰਨ ਦੱਸੋ ਕਿੰਨੀਆਂ ਬਾਣੀਆਂ ਤੁਸੀਂ 10 ਬਾਣੀਆਂ ਖਾਣੀਆਂ ਮੰਨ ਲਓ ਮੇਰੇ ਨਾਲ ਇਹਦਾ ਗੱਲ ਦਾ ਕੋਈ ਤਰ੍ਹਾਂ ਨਹੀਂ ਮੈਂ ਤਾਂ ਉਹ ਮੈਨੂੰ ਜਿਹੜੇ ਗੁਰਬਾਣੀ ਦੇ ਵਿੱਚ ਸਾਹਿਬ ਦੀ ਪੰਕਤੀ ਨਹੀਂ ਤੁਸੀਂ ਜਗਦੀ ਸਾਹਿਬ ਦੀ ਪੰਕਤੀ ਖਾਣੀ ਕੀਤੀਆਂ ਬਾਣੀ ਕਿਹਦੇ ਪਾਸੇ ਨੇ ਗੁਰੂ ਨਾਨਕ ਸਾਹਿਬ ਸਵਾਏ ਇੱਕ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਧਰੇ ਗਿਣਤੀ ਫਿਕਸ ਨਹੀਂ ਕਰਦੇ ਕਿਉਂਕਿ ਗਿਣਤੀ ਕੱਢ ਵੱਧ ਹੋ ਸਕਦੀ ਹੈ ਸਮੇਂ ਮੁਤਾਬਕ ਅੱਜ ਦੇਖੋ ਮੈਂ ਤੁਹਾਨੂੰ ਜੇ ਤੁਸੀਂ 84 ਲੱਖ ਜੂਨਾਂ ਦੀ ਗੱਲ ਕਰੋ ਇੱਕ ਮਿੰਟ ਜੀ ਜਿਹੜੇ ਚਾਰ ਤਰੀਕੇ ਦੱਸੇ ਗਏ ਹਨ ਉਹ ਗੁਰੂ ਮਹਾਰਾਜ ਦੇ ਅਨੁਸਾਰ ਉਹ ਚਾਰ ਤਰੀਕੇ ਹਨ ਆਪਣਾ ਮਤ ਹੈ ਮੈਂ ਤੁਹਾਨੂੰ ਦੱਸਦਾ ਜੀ ਚਾਰ ਤਰੀਕੇ ਉਹਨਾਂ ਨੇ ਦੱਸੇ ਆ ਹੁਣ ਇੱਕ ਤਰੀਕੇ ਨਾਲ ਕਿੰਨੇ ਤਰ੍ਹਾਂ ਦੇ ਜੀਵ ਪੈਦਾ ਹੁੰਦੇ ਆ ਕੇਤੀਆਂ ਬਾਣੀ ਕੇਤੀਆਂ ਖਾਣੀ ਜੇਰਿਸ ਦੇ ਨਾਲ ਬੰਦਾ ਵੀ ਪੈਦਾ ਹੁੰਦਾ ਜੇਰਿਸ ਦੇ ਨਾਲ ਕੁੱਤਾ ਵੀ ਪੈਦਾ ਹੁੰਦਾ ਵਾ ਜੇਰਿਸ ਦੇ ਨਾਲ ਬਿੱਲੀ ਵੀ ਪੈਦਾ ਹੁੰਦੀ ਆ ਜੇਰਿਸ ਦੇ ਨਾਲ ਇੱਕ ਕਬੂਤਰ ਆਂਡੇ ਤੋਂ ਪੈਦਾ ਹੁੰਦਾ ਵਾ ਜੀ ਇਸ ਕਰਕੇ ਉਹ ਜੂਨਾਂ ਦੀ ਗੱਲ ਹੈ ਜੀ ਇਹ ਕੀਤੀਆਂ ਨਹੀਂ ਨਹੀਂ ਗੁਰਦਨ ਸਿੰਘ ਹਾਂਜੀ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਕਿਹਾ ਕੇਤੇ ਇੰਦ ਚੰਦ ਸੂਰ ਕੇਤੇ ਮੰਨਦੇ ਹੋ ਹਾਂਜੀ ਅੱਛਾ ਇੱਕ ਪਾਸੇ ਕਹਿੰਦੇ ਸੂਰਜ ਏਕੋ ਕਿਆ ਫਰਕ ਹੈ ਜਿੱਥੇ ਕੀਤੀਆਂ ਖਾਣੀ ਉੱਥੇ ਵੀ ਇਹ ਗੱਲ ਇਸੇ ਤਰ੍ਹਾਂ ਦੀ ਆ ਅਲੱਗ ਅਲੱਗ ਥਾਂ ਸਰਦਾਰ ਜੀ ਮੇਰੀ ਗੱਲ ਸੁਣੋ ਜਿਸ ਟਾਈਮ ਤੇ ਸਾਰੀ ਪ੍ਰਵਿਰਤੀ ਦੀ ਗੱਲ ਕੀਤੀ ਗਈ ਆ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਸੂਰਜਾਂ ਦੀ ਗੱਲ ਕੀਤੀ ਆ ਜਦੋਂ ਉਹਨਾਂ ਨੇ ਧਰਤੀ ਬਾਰੇ ਗੱਲ ਕੀਤੀ ਜਾਂ ਰੁੱਤਾਂ ਬਾਰੇ ਇੱਥੋਂ ਦੀ ਗੱਲ ਉੱਥੇ ਇੱਕੋ ਸੂਰਜ ਦੀ ਗੱਲ ਆ ਜੀ ਸਰਦਾਰ ਜੀ ਕਿਉਂ ਤੁਸੀਂ ਧਰਤੀ ਚ ਆਪਣੇ ਆਪ ਦੀ ਪੈਦਾ ਹੋ ਰਹੇ ਹੋ ਜਦੋਂ ਉਹਨਾਂ ਨੇ ਸਾਰੀ ਪ੍ਰਕਿਰਤੀ ਦੀ ਸਾਰੀ ਸਪੇਸ ਦੀ ਗੱਲ ਕੀਤੀ ਆ ਇਸ ਵੇਲੇ ਸਾਇੰਸ ਸਿੱਧ ਕਰ ਰਹੀ ਹੈ ਨਾ ਬਹੁਤ ਸਾਰੇ ਸੂਰਜ ਹਨ ਇਵੇਂ ਤਾਂ ਗੱਲ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਝੂਠੇ ਬੋਲ ਸਕਦੇ ਨਹੀਂ ਜੀ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇੱਕ ਸੂਰਜ ਦੀ ਗੱਲ ਕੀਤੀ ਆ ਜਿਹਦੇ ਨਾਲ ਸਾਰੀ ਪ੍ਰਕਿਰਤੀ ਦੇ ਵਿੱਚ ਤਬਦੀਲੀ ਆਉਣ ਦੀ ਇੱਕ ਸੂਰਜ ਹੈ ਓਕੇ ਜੀ ਲਓ ਜੀ ਇਹ ਗੱਲ ਰਹੀ ਸੀ ਮੇਰੀ ਗੱਲ ਅਧੂਰੀ ਪਈ ਹੈ ਤੁਸੀਂ ਸਰਦਾਰ ਸਾਹਿਬ ਉਹਨਾਂ ਨੂੰ ਨੇੜੇ ਹੋ ਕੇ ਕਦੇ ਪਾਣੀ ਪੀਂਦਿਆਂ ਦੇਖਿਆ ਬਿੱਲੀ ਪਾਣੀ ਇਹਦੇ ਚ ਜਿਹੜੀ ਜੇਰ ਤੋਂ ਪੈਦਾ ਹੋਣ ਵਾਲੀ ਜੂਨ ਹੈ ਜਿਹਦੇ ਚ ਅਸੀਂ ਵੀ ਆਉਂਦੇ ਤੇ ਬਿੱਲੀ ਵੀ ਆਉਂਦੀ ਜਿਹਦੇ ਚ ਬਘਿਆੜ ਵੀ ਆਉਂਦਾ ਸ਼ੇਰ ਵੀ ਆਉਂਦਾ ਸ਼ਾਕਾਹਾਰੀ ਤੇ ਮਾਸਾਹਾਰੀ ਜੀ ਪਾਣੀ ਪੀਣ ਦਾ ਦੁੱਧ ਪੀਣ ਦਾ ਅੰਤਰ ਹੈ ਉਹ ਡਿੱਕ ਲਾ ਕੇ ਪੀਂਦੇ ਨੇ ਤੇ ਉਹ ਜਿਵੇਂ ਨਲਕੇ ਦੀ ਬੋਕੀ ਪਾਣੀ ਐ ਚੱਕਦੀ ਹੈ ਉਕਣ ਜਾ ਤੁਸੀਂ ਦੱਸੋ ਪਾਣੀ ਕਿਵੇਂ ਪੀਂਦੇ ਹੋ ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਸ਼ਾਕਾਹਾਰੀ ਹੋ ਕਿ ਮਾਸਾਹਾਰੀ ਅਸੀਂ ਪਾਣੀ ਗਲਾਸ ਚ ਪਾ ਕੇ ਡੀਕ ਲਾ ਕੇ ਪੀਂਦੇ ਡੀਕ ਲਾ ਕੇ ਪੀਂਦੇ ਫਿਰ ਤੁਹਾਡੀ ਸ਼ਾਕਾਹਾਰੀ ਗਿਣਤੀ ਤੁਹਾਡੀ ਮਾਸਾਹਾਰੀ ਹੈ ਮੈਨੂੰ ਇੱਕ ਮਿੰਟ ਹਾਂਜੀ ਕਰੋ ਜਿਹੜੇ ਸ਼ਾਕਾਹਾਰੀ ਹੈ ਘਾਹ ਖਾਣ ਵਾਲੇ ਸਬਜ਼ੀਆਂ ਖਾਣ ਵਾਲੇ ਹਾਂਜੀ ਉਹਨਾਂ ਦੇ ਪੇਟ ਚ ਦੋ ਚੈਂਬਰ ਹੁੰਦੇ ਆ ਸਰਦਾਰ ਜੀ ਮੈਂ ਸਿੱਧੀ ਜੀ ਗੱਲ ਉਹਨਾਂ ਦੇ ਦੋ ਪੇਟ ਦੇ ਵਿੱਚ ਦੋ ਚੈਂਬਰ ਹੁੰਦੇ ਆ ਸਾਰੇ ਜਿੰਨੇ ਸੁਰ ਉੱਤੇ ਆ ਦਰਸ਼ਕ ਸਾਰੇ ਜਾਣਦੇ ਆ ਸਰ ਦੇ ਘਰੇ ਗਾਂ ਮੱਝ ਖੋਤਾ ਕੋੜਾ ਹੁੰਦਾ ਇਹ ਪਹਿਲਾਂ ਖਾਂਦੇ ਆ ਤੇ ਬਾਅਦ ਚ ਉਸੇ ਚੀਜ਼ ਨੂੰ ਕੱਢ ਕੇ ਉਗਾਲੀ ਕਰਕੇ ਫਿਰ ਅੰਦਰ ਲੈ ਕੇ ਜਾਂਦੇ ਕੀ ਸਰਦਾਰ ਜੀ ਅਸੀਂ ਏਦਾਂ ਕਰਦੇ ਰੋਟੀ ਨੂੰ ਕਿਸ ਤਰ੍ਹਾਂ ਜਿੱਦਾਂ ਘਾਹ ਖਾਣ ਵਾਲੇ ਵੈਜੀਟੇਬਲ ਖਾਣ ਵਾਲੇ ਸਬਜ਼ੀਆਂ ਖਾਣ ਵਾਲੇ ਜਾਂ ਜਿਹੜੇ ਮਾਸਾਹਾਰੀ ਨਹੀਂ ਹੈ ਘਾਹ ਖਾਣ ਵਾਲੇ ਉਹ ਇਸ ਤਰ੍ਹਾਂ ਉਗਾਲੀ ਕਰਦੇ ਆ ਕਿ ਬੰਦਾ ਵੀ ਏਦਾਂ ਕਰਦਾ ਨਹੀਂ ਬੰਦਾ ਇਸ ਤਰ੍ਹਾਂ ਕਿਉਂ ਕਰੂ ਫਿਰ ਉਹ ਮਾਸਾਹਾਰੀ ਨੇ ਕੌਣ ਜਿਹੜੇ ਸ਼ਾਕਾਹਾਰੀ ਘੋੜਾ ਕੀ ਕਰਦਾ ਘੋੜਾ ਗਾਲੀ ਕਰਦਾ ਉਹਨੂੰ ਕੀ ਕਹੋਗੇ ਘੋੜਾ ਗਾਲੀ ਕਰਦਾ ਉਹ ਕਿਵੇਂ ਕਰਦਾ ਘੋੜੀਆਂ ਗਾਲੀ ਮੈਨੂੰ ਦੱਸੋ ਤੁਸੀਂ ਦੇਖਿਆ ਕਿਵੇਂ ਕਰਦਾ ਮੈਂ ਘੋੜਾ ਰੱਖਿਆ ਨਹੀਂ ਚਲੋ ਸਾਡੇ ਮੈਂ ਤਾਂ ਇਸ ਤੋਂ ਅੱਗੇ ਚਲੋ ਜੀ ਮੈਂ ਪੰਜਾਬ ਜਦੋਂ ਘੋੜਾ ਰੱਖ ਲਓਗੇ ਫਿਰ ਇਹ ਗੱਲ ਅੱਗੇ ਕਰਦਾ ਅੱਛਾ ਜੀ
ਅੱਗ ਦੀ ਕਾਢ ਕਦੋਂ ਨਿਕਲੀ ਇਸ ਦੁਨੀਆ ਚ? ਦੇਖੋ ਇਹਦੇ ਨਾਲ ਸੰਬੰਧਿਤ ਨਹੀਂ, ਕਿਸੇ ਨਾਲ ਸੰਬੰਧਿਤ ਨਹੀਂ। ਜੇ ਅੱਗ ਨਹੀਂ ਸੀ ਸਾਡੇ ਕੋਲੇ ਤਾਂ ਅਸੀਂ ਖਾਣਾ ਪਕਾਉਂਦੇ ਹੀ ਨਹੀਂ ਸੀ। ਠੀਕ ਹੈ, ਤੁਹਾਡਾ ਇਹ ਅਨੁਮਾਨ ਹੈ, ਇਹਨੂੰ ਕਹਿੰਦੇ ਅਨੁਮਾਨ ਨਹੀਂ ਜੀ, ਇਹ ਸਾਇੰਸ ਸਿੱਧ ਕਰਦੀ ਹੈ। ਜਦੋਂ ਅੱਗ ਨਹੀਂ ਸੀ ਤੇ ਖਾਣਾ ਪਕਾਇਆ ਨਹੀਂ ਜਾਂਦਾ ਸੀ। ਚਲੋ ਆਪਾਂ ਧਾਰਮਿਕ ਬੰਦੇ ਆ, ਸਾਇੰਸਦਾਨ ਨਹੀਂ ਇੱਥੇ ਇਕੱਠੇ ਹੋਏ, ਅਸੀਂ ਧਰਮ ਦੀ ਗੱਲ ਕਰਦੇ ਹਾਂ, ਸਾਡੇ ਸਰੋਤੇ ਧਰਮ ਦੀ ਗੱਲ ਸੁਣ ਰਹੇ ਹਨ। ਧਰਮ ਤੇ ਸਾਇੰਸ ਅਲੱਗ ਅਲੱਗ ਨਹੀਂ ਹੈ ਜੀ। ਚਲੋ ਇਹ ਤੁਹਾਡਾ ਵਿਸ਼ਵਾਸ ਹੋ ਸਕਦਾ ਹੈ। ਹੁਣ ਬਾਤ ਇਹ ਹੈ ਭਾਈ ਗੁਰਦਾਸ ਦੀ ਘੱਟੀ ਬੇਜ, ਮੈਂ ਭਾਈ ਗੁਰਦਾਸ, ਇੱਕ ਮਿੰਟ ਜੀ ਸਾਹਿਬ, ਭਾਈ ਗੁਰਦਾਸ ਆਦਿ ਕਾਲ ਦੀ ਮਨੁੱਖ ਦੀ ਗੱਲ ਕਰਦੇ, ਮੈਂ ਤੁਹਾਨੂੰ ਪੰਗਤੀ ਸਰੋਤਿਆਂ ਨੂੰ ਦਿਖਾਉਣਾ ਚਾਹੁੰਦਾ ਤੇ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ। ਸੁਣਾ, ਹਾਂਜੀ ਲਿਆਓ ਜੀ। ਆ ਲੋ ਜੀ, ਉਹ ਕਹਿੰਦੇ ਆ ਵੀ ਆਦਿ ਕਾਲ ਦਾ ਮਨੁੱਖ ਸਤਯੁਗ ਦੀ ਬਾਤ ਕਰਦੇ ਆ, ਕਰਨ ਤਪੱਸਿਆ ਵਨ ਵੇਖੇ ਬਸਤ ਗੁਜ਼ਾਰਨ ਪਿੰਨੀ ਸਾਗੇ। ਉਹ ਕੀ ਕਰਦੇ ਸੀ, ਕੱਚਾ ਜਿਹੜਾ ਅੰਨ ਜਿਸ ਤਰ੍ਹਾਂ ਦਾ ਵੀ ਪੈਦਾ ਹੁੰਦਾ ਤੇ ਤਵਾਰੀ ਗੁਰੂ ਖਾਲਸਾ ਪੜ੍ਹ ਕੇ ਦੇਖ ਲਓ, ਉਹਦੇ ਚ ਵੀ ਅਸਰ ਲੱਗਿਆ। ਲੱਖ ਵਰਿਆਂ ਦੀ ਆਜਾ ਕੋਠੇ ਕੋਟਨਾ ਮੰਦਿਰ ਸਾਜੇ, ਇਹ ਜਿਹੜੀ ਹੈ ਇਹਦੇ ਚ ਦੱਸਿਆ ਵੀ ਉਹ ਕਰਨ ਤਪੱਸਿਆ ਬਣ ਵਿਖੇ ਵਕਤ ਕਿਵੇਂ ਗੁਜ਼ਾਰਦੇ ਸੀ, ਪਿੰਨੀ ਸਾਗੇ। ਇਹ ਵੀ ਲਿਖਿਆ ਵੀ ਕੱਚਾ ਮਾਸ ਖਾਣਾ, ਕੰਦ ਮੂਲ ਜਾਂ ਸਾਗ, ਬਸ ਆ ਲਿਖਿਆ। ਇਹ ਦਿਖਾ ਸਰੋਤੇ ਨੂੰ, ਦਿਖਾ ਦਿਓ ਪੱਤੇ ਜੀ, ਇਹਦੀ ਸਰੋਤੇ ਨੂੰ ਦਿਖਾ ਦਿਓ ਮੈਡਮ। ਓਕੇ ਜੀ, ਇੱਕ ਆ ਜੀ ਅੱਗੇ ਪੜ੍ਹ ਦਿਓ ਜੀ। ਇੱਕ ਬਿੰਸ ਹੈ, ਇੱਕ ਅਸਤਰ ਸਾਜੇ। ਭਾਈ ਗੁਰਦਾਸ ਜੀ ਦਾ ਜਿਹੜਾ ਆਪਣਾ ਭਾਈ ਗੁਰਦਾਸ ਨੂੰ ਮੈਂ ਮੰਨਦਾ, ਉਹਨਾਂ ਦਾ ਆਪਣਾ ਵਿਚਾਰ, ਕਿਉਂ ਨੀ ਮੰਨਦੇ ਤੁਸੀਂ? ਹੁਣ ਘੁਮਾ ਰਹੇ ਹੈ, ਤੁਸੀਂ ਵੱਧ ਘੁਮਾ ਰਹੇ ਹੋ।